ਵਾਹਿਗੁਰੂ 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 ਜੁੜੋ ਜੀ ਜੁੜੋ ਭਾਗਾਂ ਵਾਲੇ ਜੁੜੋ ਵਾਹਿਗੁਰੂ 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 ਸਾਰੇ ਜਪੋ ਸਿਰ ਨਵਾਉ ਸਾਰੇ ਪੜੋ ਡੰਡੋਤ ਬੰਧਨ ਅਨੁਪਵਾਰ ਸਰਬ ਕਲਾ ਸਰਬ ਕਲਾ
ਕੇ ਚਿਤਰੰਗ ਬਹੀਨੈ ਕੇ ਏਕੈ ਅਧੀਨੈ ਕੇ ਰੋਜ਼ੀ ਰਹਕੈ ਰਹੀਮੈ ਕੇ ਪਾਕ ਬੇਐਬ ਹੈ ਕੇ ਗੈਬੁਲ ਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਰਨ ਕੁਨਿੰਦ ਹੈ ਕੇ ਰੋਜ਼ੀ ਦਹੰਦ ਹੈ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਸ਼ਬਦ ਨੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ, ਦੋਵੇਂ ਬੜਾ ਧਿਆਨ ਖਿੱਚਦੇ ਨੇ। ਇੱਕ ਤਾਂ ਤੀਸਰੇ ਪਾਤਸ਼ਾਹ ਨੇ ਇਹ ਬੋਲ ਕਿਹਾ ਵੀ ਜਿਹਨਾਂ ਸਤਿਗੁਰ ਪੁਰਖ ਨਾਲ ਸੇਵਿਓ, ਬੋਲੋ ਸੇਵਾ ਤਾਂ ਕੀਤੀ, ਬੰਦੇ ਦੀ ਕੀਤੀ, ਬੰਦਿਆਂ ਦੀ ਕਰਦੇ ਰਹੇ, ਸਤਿਗੁਰੂ ਪੁਰਖ ਦੀ ਨਹੀਂ ਕੀਤੀ। ਅਖ ਵਾਹਿਗੁਰੂ ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ ਤੇ ਸ਼ਬਦ ਨਾ ਕੀਤੋ ਵਿਚਾਰ, ਬੋਲੋ ਕਿਧਰ ਵੇਖੋ ਸਾਰੇ ਬੋਲੋ, ਕਿਉਂਕਿ ਹੁਣੇ ਤੁਸੀਂ ਬਾਣੀ ਸੁਣ ਕੇ ਹਟਿਓ। ਜਬ ਲਗ ਦੁਨੀਆਂ ਰਹੀਏ ਨਾਨਕ ਕਿਸ ਸੁਣੀਏ ਤੇ ਕਿਸ ਕਹੀਏ, ਪੂਰਾ ਸ਼ਬਦ ਭਾਈ ਸਾਹਿਬ ਕੋਲੋਂ ਆਪ ਜੀ ਨੇ ਸੁਣਿਆ। ਕੁਝ ਸੁਣਨਾ ਚਾਹੀਦਾ ਤੇ ਕੁਝ ਕਹਿਣਾ ਚਾਹੀਦਾ। ਸੁਣ ਹੁਣ ਤੁਸੀਂ ਲਿਆ, ਤੁਸੀਂ ਕੁਝ ਮੂੰਹ ਤੋਂ ਬੋਲੋ, ਜਿਉਂ ਜਿਉਂ ਤੁਸੀਂ ਬਾਣੀ ਉਚਾਰਨ ਕਰੋਗੇ ਅੱਧਾ ਅਰਥ ਤੇ ਤੁਹਾਨੂੰ ਆਪੇ ਆੜਨਾ ਹੈ, ਕਿਉਂਕਿ ਸਤਿਗੁਰਾਂ ਦੀ ਮੱਤ ਬੁੱਧ ਹਰ ਜੀਵ ਦੇ ਵਿੱਚ ਹੈਗੀ। ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ ਤੇ ਸ਼ਬਦ ਨਾ ਕੀਤੋ, ਸ਼ਬਦੀ ਵਿਚਾਰ ਨਹੀਂ। ਥਾਲ ਵਿੱਚ ਤਿੰਨ ਕਿਹੜਾ ਥਾਲ ਪਤਾ ਲੱਗ ਗਿਆ ਨਾ, ਚਲੋ ਇੰਨਾ ਹੀ ਰਟਨ ਹੋ ਗਿਆ, ਇੰਨਾ ਹੀ ਪਤਾ ਲੱਗ ਗਿਆ ਵੀ ਮੈਂ ਜਿਹੜਾ ਇਹ ਰੋਜ਼ ਰਹਿ ਰਸ ਵਿੱਚ ਬਚਨ ਪੜ੍ਹਦੀ ਹਾਂ ਵੀ ਥਾਲ ਵਿੱਚ ਤਿੰਨ ਵਸਤੂ ਪਈ ਹੋ, ਇਸ ਥਾਲ ਦਾ ਅਰਥ ਹੈ ਮੈਂ ਥਾਲ ਮੰਨ ਰਿਹਾ ਵਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ।
ਕੋਈ ਹਿਰਦਾ ਕਹਿੰਦਾ ਹੈ, ਕੋਈ ਮਨ ਕਹਿੰਦਾ ਹੈ, ਅੱਖ ਵਾਹਿਗੁਰੂ। ਨਾ ਤੇ ਹਿਰਦੇ ਵਿੱਚ ਸੱਤ ਹੈ, ਨਾ ਸੰਤੋਖ ਹੈ, ਨਾ ਵਿਚਾਰ ਹੈ, ਨਾ ਮਨ ਵਿੱਚ ਸੱਤ ਹੈ, ਨਾ ਸੰਤੋਖ ਹੈ, ਨਾ ਵਿਚਾਰ ਹੈ। ਇਸ ਪਰੋਸੇ ਹੋਏ ਥਾਲ ਵਿੱਚ ਸੱਤ ਵੀ ਹੈ, ਸੰਤੋਖ ਵੀ ਹੈ ਅਤੇ ਵਿਚਾਰ ਵੀ ਹੈ। ਇਸ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਜਦੋਂ ਸੱਤ ਦੀ ਰੋਟੀ ਖਾਈਏ, ਸੰਤੋਖ ਦੀ ਰੋਟੀ ਖਾਈਏ, ਵਿਚਾਰ ਦੀ ਰੋਟੀ ਖਾਈਏ, ਅਤੇ ਜਿਤਨਾ ਤੁਸੀਂ ਤਿੰਨ ਤਰ੍ਹਾਂ ਦਾ ਕੋਈ ਭੋਜਨ ਛਕਦੇ ਹੋ, ਸਾਗ ਖਾਂਦੇ, ਦਹੀਂ ਖਾਂਦੇ, ਰੋਟੀ ਖਾਂਦੇ ਹੋ, ਮੂੰਹ ਥਾਣੀ ਤੇ ਅੰਦਰ ਜਾਂਦਾ, ਅੰਦਰ ਇੱਕ ਹੋ ਜਾਂਦਾ ਜਾ ਕੇ, ਤਿੰਨਾਂ ਚੀਜ਼ਾਂ ਵਿੱਚੋਂ ਇੱਕ ਚੀਜ਼ ਪੈਦਾ ਹੁੰਦੀ, ਉਹਨੂੰ ਖੂਨ ਕਹਿੰਦੇ ਨਹੀਂ। ਜਿਹੜੀ ਜਿਹੜੀ ਚੀਜ਼ ਆਪਾਂ ਖਾਂਦੇ ਉਹਦੇ ਵਿੱਚੋਂ ਕੀ ਚੀਜ਼ ਨਿਕਲਦਾ? ਖੂਨ ਪੈਦਾ ਹੁੰਦਾ। ਜਦੋਂ ਤੁਸੀਂ ਸੱਤ ਅਤੇ ਸੰਤੋਖ ਅਤੇ ਵਿਚਾਰ ਦੀ ਰੋਟੀ ਖਾਂਦੇ, ਇਹਦੇ ਵਿੱਚੋਂ ਅੰਮ੍ਰਿਤ ਨਾਮ ਪੈਦਾ ਹੁੰਦਾ। ਨੋਟ ਕਰਿਓ, ਉਹਦੇ ਵਿੱਚੋਂ ਕੀ ਨਿਕਲਦਾ? ਨਾ ਪਹਿਲਿਆਂ ਚੋਂ ਖੂਨ ਪੈਦਾ ਹੁੰਦਾ, ਇੱਥੋਂ ਥੱਲੇ ਗਿਆ ਅਤੇ ਤਿੰਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਨਿਕਲੀ ਜਿਹਨੂੰ ਆਪਾਂ ਬਲੱਡ ਕਹਿੰਦੇ ਹਾਂ, ਉਹ ਸਾਡੇ ਸਾਰੇ ਸਰੀਰ ਨੂੰ ਚਲਾਉਂਦਾ ਹੈ। ਰੂਹਾਨੀਅਤ ਦੀ ਦੁਨੀਆਂ ਨੂੰ ਚਲਾਉਣ ਲਈ ਅੰਮ੍ਰਿਤ ਨਾਮ ਹੈ। ਸਾਹਿਬ ਜੀ ਕਹਿੰਦੇ ਜਦੋਂ ਇਹ ਸੱਤ ਅਤੇ ਸੰਤੋਖ ਅਤੇ ਵਿਚਾਰ ਵੇਖੋ, ਤੁਸੀਂ ਸਾਰੇ ਝਾਤੀ ਮਾਰ ਲਓ, ਮੈਂ ਵੀ ਮਾਰਦਾ, ਆਪਣੇ ਆਪ 'ਤੇ ਝਾਤੀ ਮਾਰਦਾ, ਆਪਣ ਲੜੇ ਗਰੀਬਾਨ ਮੈਂ ਸਿਰ ਨੀਵਾਂ ਕਰਕੇ ਵੇਖੋ ਕਿ ਸਾਡੇ ਕੋਲ ਸੱਤ ਹੈ, ਸਾਡੇ ਕੋਲ ਸੰਤੋਖ ਹੈ, ਸਾਡੇ ਕੋਲ ਵਿਚਾਰ ਹੈ, ਅੱਖ ਵਾਹਿਗੁਰੂ। ਕਿਉਂਕਿ ਸ਼ਬਦ ਇੱਥੋਂ ਆਰੰਭ ਕੀਤਾ, ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ ਅਤੇ ਸ਼ਬਦ ਨਾ ਕੀਤੋ ਵਿਚਾਰ। ਮੱਥਾ ਟੇਕਿਆ ਆਣ ਕੇ ਅੱਖ ਵਾਹਿਗੁਰੂ, ਨਮਸਕਾਰ ਗੁਰਸਿੱਖ ਨੇ ਕਰਨੀ ਆ, ਮੱਥਾ ਟੇਕਣਾ ਹੈ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾਜਨ, ਉਹ ਨਮਸਕਾਰ ਵੀ ਭਗਤੀ ਬਣ ਜਾਂਦੀ ਜਿਹੜੀ ਗੁਰੂ ਅੱਗੇ ਕੀਤੀ ਹੋਵੇ, ਥਾਂ ਥਾਂ 'ਤੇ ਨਹੀਂ, ਜਿਹੜੀ ਗੁਰੂ ਅੱਗੇ ਨਮਸਕਾਰ ਕੀਤੀ ਹੋਵੇ ਉਹ ਕੀ ਬਣ ਜਾਂਦੀ? ਭਗਤੀ ਬਣ ਜਾਂਦੀ, ਭਗਤੀ ਬਣ ਜਾਂਦੀ। ਇਹ ਵੀ ਇਬਾਦਤ ਹੈ, ਜਰਾਰਤ ਹੈ, ਕੇਵਲ ਗੁਰੂ ਅੱਗੇ ਮੱਥਾ ਟੇਕਣਾ। ਮੱਥਾ ਟੇਕਿਆ, ਆਣ ਕੇ ਨਮਸਕਾਰ ਕੀਤੀ, $5 ਜਾਂ $1 ਗੋਲਕ ਵਿੱਚ ਪਾਇਆ, ਇੱਕ ਰਾਗੀ ਢਾਡੀ ਦੇ ਅੱਗੇ ਰੱਖਿਆ, ਇਤਨਾ ਪੀਰੀਅਡ ਪੂਰਾ ਹੁੰਦਾ ਨਹੀਂ। ਇਹਨੂੰ ਸੱਚਮੁੱਚ ਹੀ ਆਪਾਂ ਆਨੰਦ ਪੜ੍ਹ ਕੇ ਲੰਘ ਜਾਂਦੇ ਹਾਂ। ਸ਼ਬਦ ਆ ਆਨੰਦ ਸੁਣੋ ਵਡਭਾਗੀ ਹੋ, ਆਨੰਦ ਆਨੰਦ ਨਹੀਂ ਗਾ ਉੱਥੇ। ਸ਼ਬਦ ਸੋਚਿਆ ਕਦੀ? ਆਨੰਦ ਦੇ ਸਪੈਲਿੰਗ ਹੋਰ ਨੇ, ਆਨੰਦ ਦੇ ਸਪੈਲਿੰਗ ਹੋਰ ਨੇ। ਆਨੰਦ ਦਾ ਮਤਲਬ ਅਨਹਦ ਨਾਦ, ਜਿਹੜਾ ਗੁਰਬਾਣੀ ਵਿੱਚ ਸੁਣਿਆ ਬੈਠਾ ਆਪ ਜੀ ਨੇ ਲਿਖਿਆ ਪੜ੍ਹਿਆ, ਇਹਨੂੰ ਕੰਨਾਂ ਨਾਲ ਸੁਣੋ। ਇਹਦੇ ਨਾਲ ਕੀ ਹੋ, ਆਨੰਦ ਅਤੇ ਆਨੰਦ ਦਾ ਦੋਵੇਂ ਫਰਕ ਸਮਝ ਲਿਓ। ਆਨੰਦ ਅਤੇ ਆਨੰਦ, ਆਨੰਦ ਪਿੱਛੇ ਆਇਆ ਸੀ, ਰਾਮ ਕਲੀ ਮਹੱਲਾ ਤੀਜਾ, ਉੱਥੇ ਸਪੈਲਿੰਗ ਹੋਰ ਨੇ, ਇੱਥੇ ਐੜਾ ਨੰਨਾ ਦੱਦੇ ਦੇ ਔਂਕੜਿਆ ਆਨੰਦੋ। ਇਹਦਾ ਸ਼ਬਦ ਹੈ ਅਨਹਦ ਨਾਦ, ਸੁਣਨਾ ਬਾਣੀ ਵਿੱਚੋਂ, ਜਿਹਦੇ ਨਾਲ ਹੁੰਦਾ ਕੀ ਹੈ ਜੀ, ਸਗਲ ਮਨੋਰਥ ਪੂਰੇ। ਉਹ ਸੁਣਨ ਨਾਲ ਕੀ ਹੁੰਦਾ? ਸਗਲ ਮਨੋਰਥ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ। ਇਹਦੇ ਸੁਣਨ ਨਾਲ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ
ਇਹਦੇ ਸੁਣਨ ਨਾਲ ਸੰਤ ਸਾਜਨ ਪੈ। ਦੋ ਭਾਈ ਸਾਹਿਬਾਨ ਬੈਠੇ ਨੇ, ਗੁਰਚਰਨ ਸਿੰਘ ਵੀ ਭਾਈ ਸਾਹਿਬ ਹੀ ਬਾਣੀ ਕੰਠੇ, ਇਹਨਾਂ ਨੂੰ ਅਖ ਵਾਹਿਗੁਰੂ। ਸਰਸੇ ਵਾਲੇ ਸਾਧ ਦਾ ਝਗੜਾ ਪਿਆ ਤੇ ਅਸੀਂ ਪਾਠ ਬਦਲਤਾ, ਨਹੀਂ ਥੋੜਾ ਜਿਹਾ ਧਿਆਨ ਰੱਖੋ ਮੈਂ ਕੀ ਕਹਿਣ ਲੱਗਾ। ਇੱਕ ਬੜੀ ਜ਼ਰੂਰੀ ਗੱਲ ਹੈ, ਅਸੀਂ ਵੀ ਮਸਤ ਹੋ ਕੇ ਸੁਣੀ ਜਾਂਦੇ, ਅਸੀਂ ਸਰਸੇ ਪਾਠ ਕਰਨਾ ਸ਼ੁਰੂ ਕਰਤਾ, ਸੰਤ ਸਾਜਨ ਪੈ ਸਰਸੇ। ਅਤੇ ਇੱਥੋਂ ਤੱਕ ਹੀ ਨਹੀਂ, ਸਾਡੇ ਮੇਨ ਅਸਥਾਨਾਂ 'ਤੇ ਵੀ ਸਰਸੇ ਪਾਠ ਨੂੰ ਸਰਸੇ ਕਹਿਣਾ ਸ਼ੁਰੂ ਕਰਤਾ। ਸਰਸੇ ਤਾਂ ਬਣ ਜਾ ਜੇ ਸੱਸੇ ਨੂੰ ਕੰਨਾ ਹੋਵੇ ਤੇ। ਅਖ ਵਾਹਿਗੁਰੂ। ਸਰਸੇ ਦਾ ਮਤਲਬ ਹੁੰਦਾ ਆਨੰਦਿਤ ਹੋਣਾ। ਇੱਕ ਵਾਰ ਬੋਲੋ, ਸਰਸੇ ਦਾ ਮਤਲਬ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਸਰਸੀ ਦਾ ਮਤਲਬ ਹੁੰਦਾ ਆਨੰਦਿਤ ਨਾ ਖਿੜ ਉੱਠਣਾ। ਹੁਣ ਉਹ ਸਰਸੇ ਪਾਠ ਨੂੰ ਸਰਸੇ ਕਹਿਣਾ ਸ਼ੁਰੂ ਕਰਤਾ। ਬੜੇ ਬੜੇ ਚੰਗੇ ਗਿਆਨੀਆਂ ਨੇ ਆਖਿਆ ਸੀ ਕਿ ਪਿੱਛੇ ਰਹਿ ਜਾਈਏ ਆਪਾਂ ਵੀ ਸਰਸੇ ਬੋਲੀਏ। ਇੱਥੋਂ ਪਤਾ ਲੱਗਦਾ ਸਾਨੂੰ ਅਰਥ ਨਹੀਂ ਸੀ ਆਉਂਦਾ। ਅਖ ਵਾਹਿਗੁਰੂ। ਕੀ ਪਤਾ ਲੱਗਾ? ਅਰਥ ਨਹੀਂ ਸੀ ਆਉਂਦਾ, ਨਹੀਂ ਸੀ ਸਾਡਾ ਸਿਰ ਵੱਢਿਆ ਜਾਂਦਾ। ਜਿਹੜਾ ਪਾਠ ਹੁੰਦਾ ਉਚਾਰਨ ਥੋੜ੍ਹਾ ਗਲਤ ਕਰ ਦੇਣਾ ਸੀ। ਸਰਸੇ ਤੋਂ ਕੱਲ੍ਹ ਨੂੰ ਕੋਈ ਹੋਰ ਹੋ ਜੂ, ਫਿਰ ਪਾਠ ਬਦਲ ਦਾਂਗੇ। ਪਾਠ ਇਸ ਤਰ੍ਹਾਂ ਹੀ ਆ, ਸੰਤ ਸਾਜਨ ਪੈ ਸਰਸੇ। ਸਰਸੇ ਸਰਸਾ ਸ਼ਹਿਰ ਨਹੀਂ ਗਾ, ਸਰਸੇ ਮੈਨੇ ਸੰਤ ਸਾਜਨ ਇਸ ਬਾਣੀ ਨੂੰ ਸੁਣ ਕੇ ਆਨੰਦਿਤ ਹੋ ਉੱਠੇ। ਪੂਰੇ ਗੁਰਤੇ ਸੁਣਤੇ ਪਨੀਤ, ਇਹਨੂੰ ਬਾਣੀ ਨੂੰ ਆਨੰਦ ਆਨੰਦ ਨਾਦ ਨੂੰ ਸੁਣਤੇ ਪਨੀਤ। ਕਿਉਂ ਜੀ? ਕਿਉਂ? ਉਹਦੇ ਵਿੱਚ ਹੋਇਆ, ਹੋਰ ਵੀ ਤਾਂ ਸੁਣੀਦਾ ਹੀ ਹੈ, ਉਹਦੇ ਨਾਲ ਪਨੀਤ ਨਹੀਂ ਹੋ ਜੀਦਾ, ਆਨੰਦਿਤ ਨਹੀਂ ਹੋ ਜੀਦਾ। ਕਹਿੰਦੇ ਇਸ ਬਾਣੀ ਦੇ ਵਿੱਚ ਸਤਿਗੁਰ ਰਿਹਾ ਭਰਪੂਰੇ, ਵਿੱਚ ਬਾਣੀ ਅੰਮ੍ਰਿਤ। ਇਸ ਬਾਣੀ ਦੇ ਵਿੱਚ ਇਕੱਲੇ ਅਕਸ਼ਰ ਹੀ ਨਹੀਂ ਨੇ, ਇਹਨਾਂ ਅਕਸ਼ਰਾਂ ਦੇ ਵਿੱਚ ਸਤਿਗੁਰੂ ਭਰਪੂਰ ਆ। ਤਾਂ ਕਰਕੇ ਇਹਨਾਂ ਨੂੰ ਸੁਣਨ ਨਾਲ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਫਿਰ ਕੀ ਹੋਇਆ? ਵਾਜੇ ਅਨਹਦ ਨਾਦ ਚੱਲ ਪਿਆ ਜੇ ਸੁਣਨ ਨਾਲ। ਵਾਹਿਗੁਰੂ ਵਾਹਿਗੁਰੂ ਸੁਚੇਤ ਹੋ ਗਏ, ਸੁਚੇਤ ਹੋ ਗਏ। ਹਾਂ ਹਾਂ ਜਿਉਂਦੀ ਰਹੋ ਮੇਰੀ ਧੀ, ਸਾਰੀ ਚੇਤਨਤਾ ਨੂੰ ਇਕੱਠੀ ਕਰੋ, ਵਾਹਿਗੁਰੂ ਸ਼ਬਦ ਵਿੱਚ ਲਿਆਓ। ਭਰ ਜੋਗੇ ਭਰ ਜੋਗੇ ਭਰ ਜੋਗੇ ਜੁੜ ਕੇ
ਨੱਕੋ ਨੱਕ ਭਰ ਜਾਓਗੇ ਇਹਦੇ ਵਿੱਚ ਸਤਿਗੁਰੇ ਆ ਭਰਪੂਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਤੱਕ ਸਪਸ਼ਟ ਹੋ ਗਿਆ ਵੀ ਸਰਸੇ ਪਾਠ ਨਹੀਂ, ਸਰਸੇ ਆ, ਸਰਸੇ ਕਿਸੇ ਸ਼ਹਿਰ ਨਾਲ ਰਿਲੇਟਡ ਨਹੀਂ। ਸਰਸੇ ਮਣੇ ਆਨੰਦਿਤ ਹੋਣਾ। ਇਸ ਬਾਣੀ ਦੇ ਤਿੰਨ ਚੀਜ਼ਾਂ ਪਈਆਂ ਨੇ, ਸਤ ਪਿਆ ਹੈ, ਸੰਤੋਖ ਪਿਆ ਹੈ ਅਤੇ ਵਿਚਾਰ ਪਿਆ ਹੈ, ਸਵਾਇਮਾਨ ਹੈ। ਇਸ ਬਾਣੀ ਨੂੰ ਸੁਣਨ ਨਾਲ ਇਹਦੇ ਅੰਦਰ ਜਾ ਕੇ ਪੈਦਾ ਕੀ ਹੋਣਾ ਹੈ? ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਦਾ ਰੋਮਣ ਆਸਰਾ, ਜਿਹਦਾ ਸਾਰੀ ਕਾਇਨਾਤ ਨੂੰ, ਜਿੰਨਿਆਂ ਮੇਰੇ ਵੀਰ ਬੈਠੇ, ਭੈਣਾਂ ਬੈਠੀਆਂ, ਬੱਚੇ ਬੈਠੇ, ਤੁਹਾਨੂੰ ਸਾਰਿਆਂ ਨੂੰ ਇਸ ਨਾਮ ਦੇ ਆਸਰੇ ਦੀ ਜ਼ਰੂਰਤ ਹੈ। ਬਾਬਾ ਅਮਰਦਾਸ ਪਾਤਸ਼ਾਹ ਵਰਗੇ ਏਡੇ ਪਵਿੱਤਰ ਮਹਾਨ ਸਤਿਗੁਰੂ ਗਰੀਬ ਨਿਵਾਜ ਸਤਿਪੁਰਖ ਨੇ ਆਪਣੀ ਕਲਮ ਨਾਲ ਲਿਖਿਆ, ਦੁਨੀਆਂ ਦੇ ਲੋਕੋ ਕਿਸੇ ਨੂੰ ਆਸਰਾ ਹੋਊਗਾ ਭਰਾ ਦਾ, ਕਿਸੇ ਨੂੰ ਆਸਰਾ ਹੋਊਗਾ ਪਿਓ ਦਾ, ਕਿਸੇ ਨੂੰ ਆਸਰਾ ਪੈਸੇ ਦਾ, ਮਗਰ ਮੇਰਾ ਆਸਰਾ ਕੀ ਹੈ? ਸਾਚਾ ਨਾਮ ਮੇਰਾ। ਸਾਰੇ ਬੋਲੋ ਮੇਰਾ ਆਧਾਰ ਮਣੇ ਆਸਰਾ, ਪਤਾ ਹੈ ਨਾ ਆਧਾਰ ਮਣੇ ਮੇਰਾ ਆਸਰਾ ਮੇਰਾ ਭਰਾ ਨਹੀਂ, ਮੇਰਾ ਆਸਰਾ ਮੇਰਾ ਪੈਸਾ ਨਹੀਂ, ਮੇਰਾ ਆਸਰਾ ਮੇਰੀ ਸਿਹਤ ਨਹੀਂ। ਮੇਰੇ ਜੀਵਨ ਦਾ ਜੇ ਕੋਈ ਆਸਰਾ ਹੈ ਤੇ ਉਹ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਬਣਾ ਲਓ, ਬਣਾ ਲਓ, ਬਣਾ ਲਓ, ਸੋਚੋ ਨਾ ਕਿੱਲਾ ਕੱਢਦੇ ਹੋ। ਸਾਰੇ ਬੋਲੋ, ਪੁੱਤ ਬੋਲੋ, ਬੋਲੋ ਵਾਹਿਗੁਰੂ, ਭਲਾ ਹੋਵੇ ਤੁਹਾਡਾ, ਭਲਾ ਹੋਵੇ ਸਾਰਿਆਂ ਦਾ ਭਲਾ ਹੋਣਾ, ਸਤਿਗੁਰ ਸਭਨਾ ਦਾ ਭਲਾ ਮਨਾਏ ਦੋ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਕੀ ਕਿਹਾ ਗੁਰੂ ਅਮਰਦਾਸ ਜੀ ਨੇ? ਮੇਰਾ ਆਸਰਾ, ਬੋਲੋ ਸਾਰੇ, ਮੇਰਾ ਕੋਈ ਆਸਰਾ ਹੋਰ ਨਹੀਂ, ਨਾਮ ਆਸਰਾ ਹੈ। ਆਖਣ ਲੱਗੇ ਜਦੋਂ ਦਾ ਲੋਕਾਂ ਨੇ ਤੇ ਪੈਸੇ ਦਾ ਆਸਰਾ ਲਿਆ, ਕੋਈ ਸ਼ਾਂਤੀ ਆਈ ਲੋਕਾਂ ਨੂੰ? ਬੋਲੋ ਜੀ, ਜਿਹਨਾਂ ਪੈਸੇ ਦੇ ਆਸਰੇ ਤੱਕ ਕੇ ਜ਼ਿੰਦਗੀ ਬਤੀਤ ਕੀਤੀ ਹੈ, ਸ਼ਾਂਤ ਚਿਹਰੇ ਦਿਸੇ ਉਹਨਾਂ ਦੇ? ਰੁਮਾਲ ਵਾਲੇ ਪੁੱਤਰ ਵੀਰ ਮੇਰੇ, ਦੱਸੋ ਕੋਈ ਇੱਕ ਬੰਦਾ ਦੱਸੋ ਜਿਹਦੇ ਕੋਲ ਬਹੁਤ ਪੈਸਾ ਹੈ ਮਗਰ ਚਿਹਰੇ 'ਤੇ ਸ਼ਾਂਤੀ ਹੋਏ, ਬੇਚੈਨੀ ਹੈ, ਉੱਥਲ ਪੁੱਥਲ ਹੈ ਜ਼ਿੰਦਗੀ 'ਚ? ਬਾਬਾ ਅਮਰਦਾਸ ਪਾਤਸ਼ਾਹ ਕਹਿੰਦਾ, ਜਿੱਦਣ ਮੈਂ ਮੰਨਿਆ ਵੀ ਮੇਰਾ ਨਾਮ ਦਾ ਆਸਰਾ ਹੈ, ਮੈਂ ਨਾਮ ਦੇ ਆਸਰੇ 'ਚ ਜੀਨਾ ਵਾਂ, ਕਰ ਸ਼ਾਂਤ ਸੁਖਮਨ। ਇਹ ਲਿਖਿਆ ਹੈ ਨਾ ਬਾਣੀ 'ਚ ਵੀ ਮੈਨੂੰ ਕੀ ਬਖਸ਼ੀ? ਸ਼ਾਂਤੀ ਬਖਸ਼ੀ, ਸੁਖ ਆ ਗਿਆ ਮਨ ਵਿੱਚ। ਆਖੋ ਵਾਹਿਗੁਰੂ ਜਿਨ ਇੱਛਾ। ਫਿਰ ਤੀਸਰਾ ਬਾਬਾ ਇਤਰਾ ਬਾਹਵਾਂ ਕਰਕੇ ਕਹਿੰਦਾ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿਸ ਦੀਆਂ ਇਹ ਕਹੇ ਨਾਨਕ। ਸੁਣੋ ਸੰਤੋ, ਤੁਸੀਂ ਵੀ
ਦੁਨੀਆ ਦੇ ਲੋਕੋ, ਕਹੇ ਨਾਨਕ ਸੁਣੋ ਸੰਤੋ, ਤੁਸੀਂ ਵੀ ਸ਼ਬਦ ਧਰੋ ਪਿਆਰੋ ਤੇ ਸਾਰੀ ਦੁਨੀਆ ਨੂੰ ਆਖੋ ਮੇਰਾ ਸਾਚਾ ਨਾਮ ਮੇਰਾ। ਉਹ ਨਾਮ ਅੰਦਰ ਪ੍ਰਗਟ ਹੁੰਦਾ ਹੈ ਜਦੋਂ ਸੱਤ ਹੋਵੇ, ਸੰਤੋਖ ਹੋਵੇ, ਵਿਚਾਰ ਹੋਵੇ, ਫਿਰ ਬੰਦਾ ਫਲਦਾ ਹੈ, ਪ੍ਰਫੁੱਲਤ ਹੁੰਦਾ ਹੈ। ਵਿਚਾਰ ਹੈ ਨਹੀਂ ਸਾਡੇ ਕੋਲ ਬਾਣੀ ਦੀ, ਗੁਰੂ ਰਾਮਦਾਸ ਕਿਰਪਾ ਕਰੇ ਹਰ ਸਿੱਖ ਨੂੰ ਬਾਣੀ ਦੀ ਵਿਚਾਰ ਆਵੇ, ਹਰ ਸਿੱਖ ਨੂੰ ਬਾਣੀ ਦੀ ਵਿਚਾਰ ਦਾ ਪਤਾ ਲੱਗੇ, ਹਰ ਸਿੱਖ ਪ੍ਰਕਾਸ਼ ਵਿੱਚ ਆਵੇ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ, ਗੁਰਮੁਖ ਅੰਮ੍ਰਿਤ ਪੀਂਦੇ ਨੇ ਕਿਹਦੇ ਵਿੱਚੋਂ? ਸ਼ਬਦ ਦੀ ਵਿਚਾਰ ਵਿੱਚੋਂ। ਜਿਹਨਾਂ ਸਤਿਗੁਰ ਪੁਰਖ ਨਾਲ ਸੇਵਿਓ ਤੇ ਸ਼ਬਦ ਨਾਲ ਕੀਤੋ ਵਿਚਾਰ, ਪਤਾ ਲੱਗ ਗਿਆ, ਇਤਨਾ ਕਰ ਲਿਆ, ਸ਼ਬਦ ਨਾ ਕੀਤੋ ਤੇ ਪਤਾ ਅੱਗੇ ਕੀ ਲਿਖਿਆ ਫਿਰ ਸੁਣੋ ਗੁਰੂ ਕੇ ਸਿੱਖੋ। ਉਹ ਮਾਨਸ ਜੂਨ ਨਾ ਖੀਅਨ, ਜਿਹਨਾਂ ਨੂੰ ਕੋਈ ਗੁਰਬਾਣੀ ਦੀ ਵਿਚਾਰ ਨਹੀਂ ਆਉਂਦੀ। ਕੋਈ ਤੁਹਾਨੂੰ ਕਹਿੰਦਾ, ਆਹ ਥੋੜੇ ਦਿਨ ਪਹਿਲੋਂ ਵੈਨਕੂਵਰ ਦੇ ਵਿੱਚ ਕੋਈ ਬੱਚਾ ਪੜ੍ਹਨ ਆਇਆ ਸੀ, ਅਖ ਵਾਹਿਗੁਰੂ, ਉਹਦੇ ਨਾਲ ਜਿਹੜਾ ਕੰਮ ਕਰਦਾ ਉਹ ਮੁਸਲਮਾਨ ਸੀ, ਮੁਸਲਮਾਨ ਸੀ। ਉਹਨੇ ਕਿਹਾ ਜੀ ਤੁਸੀਂ ਕਿੰਨੀਆਂ ਨਮਾਜ਼ਾਂ ਪੜ੍ਹਦੇ? ਉਹਨੇ ਕਿਹਾ ਅਸੀਂ 5 ਨਮਾਜ਼ਾਂ ਪੜ੍ਹਦੇ ਹਾਂ। ਉਹਨੇ ਕਿਹਾ ਤੁਸੀਂ ਕੀ ਪੜ੍ਹਦੇ ਹੋ? ਕਹਿੰਦਾ ਮੇਰੇ ਮਾਂ ਭਾਈ ਨੇ ਮੈਨੂੰ ਕਹਿ ਕੇ ਭੇਜਿਆ ਸੀ ਵੀ 5 ਬਾਣੀਆਂ ਪੜ੍ਹਨੀਆਂ, ਮਗਰ ਮੈਂ ਇਕੱਲਾ ਜਪਜੀ ਸਾਹਿਬ ਪੜ੍ਹਦਾ। ਉਹ ਮੁਸਲਮਾਨ ਭਰਾ ਕੋਲ ਵਾਲ ਕੇ ਕਹਿੰਦਾ ਚੱਲ ਬੈਠ, 2 ਮਿੰਟ ਲਈ ਗੱਲਾਂ ਕਰੀਏ, ਕੋਈ ਜਪਜੀ ਸਾਹਿਬ ਦੀ ਵਿਚਾਰ ਸੁਣਾ। ਇੱਧਰ ਵੇਖੋ, ਇਹ ਕੁਐਸਚਨ ਤੁਹਾਨੂੰ ਹੀ ਹੋ ਸਕਦਾ ਹੈ, ਹੋ ਸਕਦਾ ਨਹੀਂ, ਬੋਲੋ ਨਾ ਗੁਰੂ ਕੇ, ਕਿਉਂਕਿ ਤੁਸੀਂ ਕਹਿੰਦੇ ਹੋ ਨਾ ਸਾਡਾ ਜਪਜੀ ਸਾਹਿਬ, ਚਲੋ ਸਾਡਾ ਹੀ ਸਹੀ, ਵੈਸੇ ਸਾਂਝਾ ਹੈ, ਸਾਰੇ ਸੰਸਾਰ ਦਾ ਸਾਂਝਾ ਹੈ, ਜਪਜੀ ਸਾਹਿਬ ਸੇ ਕਿਸੇ ਦਾ ਹੱਕ ਨਹੀਂ ਹੈ, ਸਾਰੇ ਸੰਸਾਰ ਦੀ ਬਾਣੀ, ਈਸਾਈ ਹਿੰਦੂ ਮੁਸਲਮਾਨ ਸਾਰਿਆਂ ਦੇ ਇਹਦੇ 'ਚ ਜ਼ਿਕਰ ਕੀਤਾ ਗੁਰਬਾਣੀ 'ਚ। ਹਿੰਦੂ ਹੋਵੇ ਤਾਂ ਕਿਹੋ ਜਿਹਾ ਹੋਵੇ, ਯੋਗੀ ਹੋਵੇ ਤਾਂ ਕਿਹੋ ਜਿਹਾ ਹੋਵੇ, ਮੁਸਲਮਾਨ ਹੋਵੇ ਤਾਂ ਕਿਹੋ ਜਿਹਾ ਹੋਵੇ, ਇੱਥੋਂ ਤੱਕ ਈਸਾਈ ਹੋਵੇ ਤਾਂ ਕਿਹੋ ਜਿਹਾ ਹੋਵੇ, ਸਿੱਖ ਹੋਵੇ ਤਾਂ ਕਿਹੋ ਜਿਹਾ ਹੋਵੇ, ਜ਼ਿਕਰ ਕੀਤਾ ਹੈ। ਆਖੋ ਵਾਹਿਗੁਰੂ, ਇਨਸਾਨ ਦੀ ਇੱਕ ਤਸਵੀਰ ਖਿੱਚੀ ਗੁਰਬਾਣੀ 'ਚ। ਮੇਰੇ ਸਾਹਿਬ ਨੇ ਅੱਜ ਵਾਲੇ ਵਿਚਾਰ ਵਿੱਚ ਇਹ ਕਿਹਾ ਵੀ ਜਿਹਨਾਂ ਸਤਿਗੁਰ ਪੁਰਖ ਨਾਲ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਕੀ ਉਹਨਾਂ ਨੂੰ ਨਾਲ ਲਿਖਦਾ? ਉਹ ਮਾਨਸ ਜੂਨ ਨਾ ਆਖੀਐਨ, ਤੁਸੀਂ ਮੰਨੀ ਫਿਰੋ, ਮੈਂ ਮੰਨੀ ਫਿਰਾਂ, ਜੇ ਮੈਨੂੰ ਬਾਣੀ ਨਹੀਂ ਆਉਂਦੀ ਮੈਂ ਮੰਨੀ ਫਿਰਦਾ ਵੀ ਮੈਂ ਇਨਸਾਨ ਹਾਂ, ਮੇਰਾ ਗੁਰੂ ਕਹਿੰਦਾ ਨਾ ਮੈਂ ਨਹੀਂ ਮੰਨਦਾ। ਤੇਰੀ ਬੋਡੀ ਲੈਂਗੁਏਜ, ਤੇਰੀ ਬੋਡੀ ਦੇ ਨੱਕ ਅੱਖਾਂ ਕੰਨ, ਇਤਨਾ ਲੱਗਦਾ ਵੀ ਤੂੰ ਬੰਦਾ ਹੈ, ਇਨਸਾਨ ਹੈ, ਮਗਰ ਜੇ ਤੈਨੂੰ ਗੁਰਬਾਣੀ ਦੀ ਵਿਚਾਰ ਨਹੀਂ ਆਉਂਦੀ ਤੇ ਮੈਂ ਨਹੀਂ ਮੰਨਦਾ ਤੂੰ ਬੰਦਾ ਹੈ। ਉਹ ਮਾਨਸ ਜੂਨ ਨਾ ਆਖੀਐਨ, ਬੋਲੋ ਭਲਾ ਕੀ ਨੇ ਜੀ, ਫਿਰ ਤੁਸੀਂ ਦੱਸ ਦਿਓ। ਕਹਿੰਦੇ ਪਸ਼ੂ, ਢੋਰ, ਗਵਾਰ, ਆ 3 ਦਰਜੇ ਦਿੱਤੇ। ਉਹ ਪਸ਼ੂ ਨੇ, ਉਹ ਢੋਰ ਨੇ, ਉਹ ਮੂਰਖ ਨੇ, ਜਿਹਨਾਂ ਨੂੰ ਆਪਣੇ ਗੁਰੂ ਦੀ ਵਿਚਾਰ ਦਾ ਹੀ ਨਹੀਂ ਪਤਾ ਵੀ ਬਾਣੀ ਕਹਿੰਦੀ ਕੀ ਆ, ਕਾਹਦੇ ਲਈ ਧਰਤੀ 'ਤੇ ਆਈ ਆ। ਆ ਸਾਰਾ ਸੰਸਾਰ ਰੱਬ ਦਾ ਰੂਪ ਬਣ ਜਾਣਾ ਸੀ ਜੇ ਬਾਣੀ ਦੀ ਵਿਚਾਰ ਲੋਕਾਂ ਨੂੰ ਆ ਜਾਂਦੀ। ਅਬਲ ਅੱਲਾ ਨੂਰ ਅਪਾਇਆ, ਕਿਤੇ ਪੜ੍ਹਦੇ ਨੇ ਨਾ, ਇਹਦੀ ਵਿਚਾਰ ਆ ਜਾਂਦੀ। ਜਦੋਂ ਇਹ ਤੁਸੀਂ ਇੱਕ ਬੜਾ ਸੋਹਣਾ ਕੋਈ ਕਮਰ ਆ ਗਾਉਂਦਾ ਗਾਉਂਦਾ ਕੋਈ ਕਮਰ ਗਰੇਵਾਲ ਜਿਹਨੂੰ ਕਹਿੰਦੇ, ਉਹ ਇੱਕ ਦਿਨ ਬੋਲਣ ਡਿਆ ਸੀ ਕਿਸੇ ਸਟੇਜ ਦੇ ਉੱਤੇ ਵੀ ਲੋਕੀ ਕਹਿੰਦੇ ਆ ਵੀ ਅਬਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਨੇ। ਮਗਰ ਕਹਿੰਦਾ ਆਖੋ ਵਾਹਿਗੁਰੂ,
ਮੈਂ ਵੇਖਦਾ ਵੀ ਜਿਹੜੇ ਕਹਿੰਦੇ ਇੱਕ ਨੂਰ ਤੋਂ ਸਾਰਾ ਜਗਤ ਪੈਦਾ ਹੋਇਆ, ਉਸੇ ਪਿੰਡ ਚ ਚਾਰ ਗੁਰਦੁਆਰੇ ਨੇ, ਨਹੀਂ ਪਤਾ ਲੱਗਾ। ਕਹਿੰਦੇ ਇੱਕ ਨੂਰ ਤੋਂ ਪੈਦਾ ਹੋਇਆ, ਮਜ਼ਬੀ ਸਿੰਘਾਂ ਦਾ ਵੱਖਰਾ ਗੁਰਦੁਆਰਾ ਹੈ, ਰਾਮਗੜੀਆਂ ਦਾ ਵੱਖਰਾ ਗੁਰਦੁਆਰਾ ਹੈ, ਝੂਰਾਂ ਦਾ ਵੱਖਰਾ ਗੁਰਦੁਆਰਾ, ਆਹ ਜਿਹੜੇ ਐਡੇ ਫਨ ਪਿੱਛੇ ਬੰਨੀ ਫਿਰਦੇ ਜੱਟਾਂ ਦਾ ਵੱਖਰਾ ਗੁਰਦੁਆਰਾ, ਚਾਰ ਗੁਰਦੁਆਰੇ ਨੇ, ਅਤੇ ਤੁਸੀਂ ਮੂੰਹ ਤੋਂ ਕਹਿ ਰਹੇ ਹੋ ਵੀ ਇੱਕ ਨੂਰ ਤੋਂ ਸਾਰਾ ਜਗਤ ਪੈਦਾ ਹੋਇਆ। ਤੁਸੀਂ ਤਾਂ ਅਜੇ ਇਨਸਾਨੀ ਜਾਮੇ 'ਚ ਹੀ, ਤੁਸੀਂ ਡੰਗਰਾਂ ਨਾਲ ਪਿਆਰ ਕੀ ਕਰਨਾ, ਸੱਪਾਂ ਨਾਲ ਪਿਆਰ ਕੀ ਕਰਨਾ, ਇਹ ਜਾਣ ਕੇ ਇਹਦੇ ਵਿੱਚ ਵੀ ਤਾਂ ਨੂਰ ਉਹੀ ਹੈ। ਤੁਸੀਂ ਤਾਂ ਬੰਦੇ ਨੂੰ ਬੰਦਾ ਨਹੀਂ ਪਛਾਣ ਰਿਹਾ। ਅੱਜ ਇਨਸਾਨ ਇੱਕ ਪਿੰਡ ਵਿੱਚ ਚਾਰ ਪਾਸੇ ਰਹਿਰਾਸ ਹੋ ਰਹੀ ਹੈ, ਇੱਕ ਰਹਿਰਾਸ ਕੋਈ ਆ, ਦੂਸਰੀ ਰਹਿਰਾਸ ਕੋਈ। ਹੱਥ ਜੋੜ ਕੇ ਬੇਨਤੀ ਹੈ, ਜਿੱਦਣ ਵਿਚਾਰ ਵਿੱਚ ਆਓਗੇ ਨਾ ਅਖ ਵਾਹਿਗੁਰੂ, ਉਦਣ ਬੜੇ ਆਨੰਦ ਆਉਣਗੇ। ਅਜੇ ਤੇ ਵਿਚਾਰ ਹੈ ਨਹੀਂ ਸੱਚਮੁੱਚ। ਗੁਰਦੁਆਰਾ ਇੱਕ ਦੀ ਜਗ੍ਹਾ ਤੇ ਦੋ ਅਗਲੇ ਸਾਲ ਹੋਇਆ ਹੁੰਦਾ। ਦੂਸਰੇ ਮੈਂ ਇੰਗਲੈਂਡ ਜਾ ਕੇ ਆਇਆ, ਇੱਕ ਗਲੀ ਚ ਬੂਹੇ ਨੂੰ ਬੂਹਾ ਲੱਗਦਾ ਗੁਰਦੁਆਰੇ ਦਾ, ਇੱਕ ਗੁਰਦੁਆਰੇ ਦਾ ਇੱਥੋਂ ਬੂਹਾ ਨਿਕਲਦਾ, ਉਹਦੇ ਸਾਹਮਣੇ ਹੀ ਇੱਕ ਬੂਹਾ। ਮੈਂ ਕਿਹਾ ਵੀ ਮੈਂ ਉੱਥੇ ਵੀ ਕਥਾ ਕਰਨੀ, ਕਹਿੰਦੇ ਉੱਥੇ ਕਰਨੀ ਤੇ ਇੱਥੇ ਨਹੀਂ ਕਰਨੀ। ਫਿਰ ਇਤਨਾ ਤੇ ਸਾਡੇ ਸੁਭਾਅ ਬਣ ਚੁੱਕਿਆ, ਇਹ ਇਨਸਾਨਾਂ ਵਾਲੀ ਫਿਤਰਤ ਨਹੀਂ ਗੀ। ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ, ਪਹਿਲੀ ਗੱਲ ਤਾਂ ਦੋ ਗੁਰਦੁਆਰੇ ਇੱਕ ਗਲੀ 'ਚ ਨਹੀਂ ਸੀ ਚਾਹੀਦੇ। ਚਲੋ ਜੇ ਬਣ ਗਏ ਨੇ ਤੇ ਮੈਂ ਤੇ ਇੱਕ ਪ੍ਰਚਾਰਕ ਹਾਂ, ਮੈਂ ਤੇ ਉੱਥੇ ਵੀ ਸੰਗਤ ਨੂੰ ਪ੍ਰਚਾਰ ਕਰਨਾ, ਇੱਥੇ ਵੀ ਸੰਗਤ ਨੂੰ ਪ੍ਰਚਾਰ ਕਰਨਾ। ਪ੍ਰਧਾਨ ਸਾਹਿਬ ਕਹਿੰਦੇ ਬਿਲਕੁਲ ਨਹੀਂ, ਜੇ ਇੱਥੇ ਕਰਨੀ ਤੇ ਉੱਥੇ ਨਹੀਂ, ਜੇ ਉੱਥੇ ਕਰਨੀ ਤੇ ਉੱਥੇ ਨਹੀਂ। ਵਾਹ, ਕਿਆ ਸਿੱਖਿਆ ਆਪਾਂ ਗੁਰੂ ਕੋਲੋਂ। ਮੇਰਾ ਗੁਰੂ ਬਾਹਮਣਾ ਕੋਲ ਗਿਆ, ਅਖ ਵਾਹਿਗੁਰੂ ਗਿਆ ਸੀ, ਹਰਿਦੁਆਰ ਗਿਆ ਕਿ ਨਹੀਂ ਬੋਲੋ ਨਾ। ਤੇ ਉਹਨੂੰ ਪੁੱਛਿਆ, ਪੁੱਛਣ ਵਾਲਿਆਂ ਨੇ ਵੀ ਤੂੰ ਤੇ ਹਿੰਦੂ ਹੈ ਨਹੀਂ, ਹਿੰਦੂ ਤੇ ਤੂੰ ਹਿੰਦੂਆਂ ਦੇ ਵੱਡੇ ਕੇਂਦਰ ਤੇ ਕੀ ਲੈਣ ਗਿਆ ਸੀ, ਕੀ ਜਿੱਥੋਂ ਉੱਥੋਂ ਸਿੱਖਣਾ ਹੀ ਕੁਝ ਨਹੀਂ ਸੀ। ਤੇ ਮੇਰੇ ਸਾਹਿਬ ਨੇ ਆਖਿਆ ਸੀ ਸੂਰਜ ਨੂੰ ਪੁੱਛੋ, ਨਹੀਂ ਪਤਾ ਲੱਗਦਾ ਕੀ ਉਹਨਾਂ ਦੇ ਘਰ ਵੀ ਚੜਿਆ ਇੱਕ ਨਹੀਂ। ਹਵਾ ਨੂੰ ਪੁੱਛੋ, ਉਹਨਾਂ ਦੇ ਘਰ ਵੀ ਜਾਂ, ਸਮਝ ਰਹੇ ਪੁੱਤ, ਉਹਨਾਂ ਦੇ ਘਰ ਵੀ ਜਾਂਦੀ ਹੈ ਕਿ ਨਹੀਂ। ਰਾਤ ਨੂੰ ਪੁੱਛੋ, ਉਹਨਾਂ ਦੇ ਘਰ ਵੀ ਪੈਂਦੀ ਹੈ ਕਿ ਨਹੀਂ, ਦਿਨ ਉਹਨਾਂ ਦੇ ਘਰ ਵੀ ਚੜ੍ਹਦਾ ਕਿ ਨਹੀਂ। ਉਹ ਗੁਰੂਮੁਖ ਪਿਆਰਿਓ, ਤੁਹਾਡੀਆਂ ਸੌੜੀਆਂ ਸੋਚਾਂ ਲੋਕਾਂ ਦੀਆਂ। ਸੂਰਜ ਇੱਕ ਹੈ, ਅਖ ਵਾਹਿਗੁਰੂ, ਰਾਤ ਇੱਕ ਪੈਂਦੀ, ਇਹ ਨਹੀਂ ਵੀ ਇੱਥੇ ਰਾਤ ਹੋਰ ਪੈਂਦੀ, ਅਮਰੀਕਾ 'ਚ ਹੋਰ ਪੈਂਦੀ, ਉੱਥੇ ਹੋਰ ਪੈਂਦੀ, ਨਾ ਨਾ, ਰਾਤ ਇੱਕ ਪੈਂਦੀ ਹੈ, ਦਿਨ ਇੱਕ ਚੜ੍ਹਦਾ ਹੈ, ਹਵਾਵਾਂ ਇੱਕ ਚੱਲਦੀਆਂ, ਪਕਸ਼ੀਆਂ ਦੀਆਂ ਆਵਾਜ਼ਾਂ ਇੱਕ ਨੇ, ਦਰਿਆਵਾਂ ਦਾ ਵਹਾਓ ਇੱਕ ਹੈ। ਇੱਕ ਬੰਦੇ ਦੀ ਸੋਚ ਵਿੱਚ ਕਿਉਂ ਹੋਇਆ? ਕਿਉਂਕਿ ਬਾਣੀ ਦੀ ਵਿਚਾਰ ਨਹੀਂ ਆਈ। ਇੱਕ ਪਿਤਾ ਅਸੀਂ ਪੜ੍ਹਿਆ ਤਾਂ ਹੈ, ਬਣ ਨਹੀਂ ਸਕੇ, ਨਹੀਂ ਨਾ ਬਣ ਸਕੇ, ਬੋਲੋ ਨਾ। ਇੱਕ ਘਰ ਦੇ ਵਿੱਚ ਨੌ ਸੱਸ ਨੂੰ ਵੇਖ ਕੇ ਰਾਜੀ ਨਹੀਂ, ਸੱਸ ਨੌ ਨੂੰ ਵੇਖ ਕੇ ਰਾਜੀ ਨਹੀਂ। ਉਹ ਤਰ੍ਹਾਂ ਪੜ੍ਹਦੀ ਇੱਕ ਨੂਰ ਤੇ ਕੌਣ ਭਲੇ ਕੋ, ਪੜ੍ਹਦੀ ਹੈ, ਮਗਰ ਇਸ ਆਪਣੇ ਸੁਭਾਅ ਨੂੰ ਬਦਲਣਾ। ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਅਨ ਪਸ਼ੂ ਢੋਰ ਗਵਾਰ। ਦੂਸਰੇ ਪਾਸੇ ਦੂਸਰਾ ਇਹਦੇ ਸਾਹਮਣੇ ਬਿਲਕੁਲ ਸ਼ਬਦ ਮੇਰੇ ਸਾਹਿਬ ਨੇ ਲਿਖਿਆ, ਜਿਹਨਾਂ ਅੰਤਰ ਨਾਮ ਨਿਦਾਨ ਹੈ। ਬੋਲੋ, ਦੋਵਾਂ 'ਚ ਫਰਕ ਪਾ ਗਏ ਜੇ ਮੇਰੇ ਸਾਹਿਬ। ਉਹਨਾਂ ਨੂੰ ਤਾਂ ਕਿਹਾ ਵੀ ਇਹਨਾਂ ਨੂੰ ਮਾਨਸ ਜੂਨ ਨਾ ਆਖੋ, ਕੀ ਆਖੋ, ਪਸ਼ੂ ਢੋਰ ਗਵਾਰ ਆਖੋ। ਹੁਣ ਜਿਹਨਾਂ ਦੇ ਜਿਹਨਾਂ ਅੰਤਰ ਨਾਮ ਨਿਦਾਨ ਹੈ, ਜਿਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਨਿਦਾਨ ਬਣੇ ਉਹਦਾ ਖਜ਼ਾਨਾ, ਸਾਰੇ ਬੋਲੋ, ਨਿਦਾਨ ਮੀਨਜ ਖਜ਼ਾਨਾ ਹੈ, ਨਾਮ ਦਾ ਜਿਹਨਾਂ ਕੋਲ ਖਜ਼ਾਨਾ ਹੈ, ਤੇ ਗੁਰਬਾਣੀ ਵਿਚਾਰ, ਆਹ ਦੋ ਚੀਜ਼ਾਂ ਜਿਹਨਾਂ ਕੋਲ, ਇੱਕ ਤਾਂ ਨਾਮ ਜਪਦੇ ਨੇ, ਇੱਕ ਗੁਰਬਾਣੀ ਦੀ ਵਿਚਾਰ ਕਰਦੇ। ਤਿੰਨ ਕੇ ਮੁੱਖ ਸਾਧੂ ਜਿਲੇ, ਤਿੰਨ ਕੇ ਮੁੱਖ ਉਹਦੇ ਪਰਮੇਸ਼ੁਰ ਦੇ
ਦਰਬਾਰ ਤੇ ਇਹ ਵੀ ਇੱਕ ਘੰਟੇ ਲਈ ਉਜਲੇ ਹੋਏ ਨੇ, ਨਾ ਨਾ ਨਾ, ਤਿੰਨ ਕੇ ਮੁੱਖ ਸਦ ਉਜਲੇ ਤਿੱਤ ਸੱਚੇ ਦਰਬਾਰ, ਤਿੰਨ ਸੱਚੇ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੇ, ਨਾ ਉਹਨੂੰ ਬਹਿੰਦੇ ਨੂੰ ਵਿਸਰਦਾ ਹੈ ਜਿਹਨਾਂ ਨੂੰ ਗੁਰਬਾਣੀ ਦੀ ਵਿਚਾਰ ਆਉਂਦੀ ਹੈ ਆਖੋ ਵਾਹਿਗੁਰੂ, ਨਾ ਉਹਨਾਂ ਨੂੰ ਉੱਠਦਿਆਂ ਕਦੀ ਵਿਸਰਦਾ ਵਾ ਜਿਹਨਾਂ ਦੇ ਉੱਤੇ ਗੁਰਬਾਣੀ ਦੀ ਵਿਚਾਰ ਦਾ ਸਾਇਆ ਪੈ ਗਿਆ। ਗੁਰਬਾਣੀ ਇਹ ਦੱਸ ਰਹੀ ਆ ਵੀ ਜੋ ਦਿਨ ਆਵੇ ਸੋ ਦਿਨ ਜਾਈ, ਬੰਦਿਆ ਅੱਜ ਦਾ ਦਿਨ ਚੜ ਗਿਆ ਏ ਇਹਨੇ ਚੱਲ ਜਾਣਾ ਏ, ਕੱਲ ਦਾ ਆਉਣਾ ਏ ਉਹਨੇ ਵੀ ਚੱਲ ਜਾਣਾ ਏ। ਕੁਛ ਸਿੱਖ ਮਾਇਆ ਕੇ ਮਾਤੇ ਤੈ ਉੱਠ ਚੱਲਣਾ, ਹੇ ਮਾਇਆ ਦੇ ਵਿੱਚ ਮਸਤ ਹੋਏ ਬੰਦੇ ਤੂੰ ਇਸ ਸ੍ਰਿਸ਼ਟੀ ਨੂੰ ਛੱਡ ਕੇ ਚੱਲ ਜਾਣਾ ਏ। ਰਾਹ ਚ ਰਹੇ ਹੋ ਤੂੰ ਸੰਗ ਸੁਪਨਾ, ਇੱਥੇ ਇੱਕ ਸੁਪਨਾ ਏ ਜਿਹਦੇ ਵਿੱਚ ਤੂੰ ਵਿਚਰ ਰਿਹਾ ਏ। ਜੇ ਗੁਰਬਾਣੀ ਦੀ ਵਿਚਾਰ ਆਉਂਦੀ ਤੇ ਫਿਰ ਇਹ ਜਪਦਾ ਵਾਹਿਗੁਰੂ 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 ਜਿਉਂਦੇ ਰਹੋ। ਸਾਰੇ ਬੋਲ ਦਿਓ ਅੱਜ ਦੀ ਸੰਗਤ ਸਫਲ ਹੋ ਜਾਏ ਆਪਣੀ, ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ। ਇਹਨੂੰ ਸੰਗਤ ਕਹਿੰਦੇ ਨੇ ਜਿੱਥੇ ਇੱਕੋ ਨਾਮ ਵਖਾਣੀ। ਕਦੀ ਵਿਚਾਰ ਕਰੋ, ਇੱਕ ਬਾਣੀ ਦੇ ਵਿੱਚ ਪੌੜੀ ਆਈ ਆ ਆਨੰਦ ਸਾਹਿਬ ਦੇ ਵਿੱਚ, ਸਾਰੇ ਭੈਣ ਭਰਾ ਗੁਰਮੁਖ ਪਿਆਰਿਆਂ ਵਾਂਗੂ ਬੈਠ ਕੇ ਚੰਗੀ ਤਰ੍ਹਾਂ ਵਿਚਾਰੋ। ਕਦੀ ਰੋਜ਼ ਆਨੰਦ ਸਾਹਿਬ ਜਿਹੜੇ ਜਿਹੜੇ ਪੜ੍ਹਦੇ, ਕਦੀ ਆਹ ਪੌੜੀ ਪੜ੍ਹਦੇ ਹੋ, ਇਹ ਸਰੀਰਾ ਮੇਰਿਆ ਇਸ ਜੱਗ ਮੈਂ, ਬੋਲੋ ਹਾਂ ਇੱਕ ਸ਼ਾਬਾਸ਼ ਇੱਕ ਵਚਨ ਹੈ ਕਿਹਦੇ ਅੱਗੇ, ਸਰੀਰ ਨੂੰ, ਮਨ ਨੂੰ ਨਹੀਂ ਸਰੀਰ ਨੂੰ, ਇਹ ਮਨ ਮੇਰੇ ਆ ਉਹ ਮਨ ਨੂੰ ਆ, ਇੱਥੇ ਸਰੀਰ ਨੂੰ ਆ। ਸਰੀਰ ਨਾਲ ਕਦੀ ਗੱਲਾਂ ਕਰੋ ਤੇ ਇਹਨੂੰ ਕੁਐਸਚਨ ਕਰੋ ਵੀ ਕਿੰਨੇ ਸਾਲ ਦਾ ਹੋ ਗਿਆ। ਆਖੋ ਵਾਹਿਗੁਰੂ, ਪੁੱਛਿਆ ਵੀ ਕਿੰਨੇ ਸਾਲ ਦਾ ਹੋ ਗਿਆ, ਇਹਨੇ ਕਿਹਾ ਜੀ ਮੈਂ, ਮੈਨੂੰ ਕੋ ਪੁੱਛੇ ਮੇਰੇ ਸਰੀਰ ਨੂੰ ਪੁੱਛੇ, ਮੈਂ ਕਹਿੰਦਾ ਮੈਂ 67 ਸਾਲ ਦਾ ਹੋ ਗਿਆ। ਮੈਨੂੰ ਕੋ ਅਗਲਾ ਸਵਾਲ ਕਰੇ 67 ਸਾਲ ਦਾ ਹੋ ਕੇ ਅੱਜ ਤੱਕ ਕਿਆ ਤੁਧ ਕਰਮ ਕਮਾਇਆ, ਆਉਂਦਾ ਨੀ ਕੀ ਪੁੱਛਿਆ। ਆ ਸੋਹਣੀ ਪੱਗ ਵਾਲੇ ਵੀਰ ਨੂੰ ਤੁਹਾਨੂੰ ਪੁੱਛਿਆ, ਹਾਂ ਤੁਹਾਨੂੰ ਪੁੱਛਿਆ ਕੀ ਪੁੱਛਿਆ,
ਕਿਆ ਤੁਧ ਕਰਮ ਕਮਾਇਆ ਵੀ ਅੱਜ ਤੱਕ ਇਹ ਸ੍ਰਿਸ਼ਟੀ 'ਤੇ ਆਣ ਕੇ ਇੱਕ ਚੰਗਾ ਕੋ ਕੰਮ ਦੱਸ ਜਿਹੜਾ ਕੀਤਾ ਜੀ, ਇੱਕ ਚੰਗਾ ਕੰਮ ਆਖੋ ਵਾਹਿਗੁਰੂ। ਜੇ ਤੁਹਾਨੂੰ ਕੋ ਪੁੱਛੇ ਮੇਰੇ ਵੀਰ ਨੂੰ ਤਾਂ ਤੁਸੀਂ ਪਤਾ ਕੀ ਕੰਮ ਦੱਸਣਾ, ਮੈਂ ਗੁਰੂ ਦਾ ਸਰੂਪ ਸੰਭਾਲਿਆ, ਮੈਂ ਇਹ ਕੰਮ ਚੰਗਾ ਕੀਤਾ, ਹਾਲੇ ਹੋਰ ਨਹੀਂ ਮੇਰੇ ਕੋਲ ਕੋਈ ਚੰਗਾ ਹੋਇਆ ਜਿਹੜਾ ਮੇਰੇ ਸਤਿਗੁਰੂ ਨੇ ਮੈਨੂੰ ਬੋਲੋ ਸਰੂਪ ਬਖਸ਼ਿਆ ਸੀ, ਮੈਂ ਉਹਨੂੰ ਸੰਭਾਲ ਕੇ ਰੱਖਿਆ, ਮੈਂ ਕੇਸ ਨਹੀਂ ਕਟਾਇਆ। ਜੇ ਇਹ ਤੋਂ ਅੱਗੇ ਤੁਰ ਪਈਏ ਆਖੋ ਵਾਹਿਗੁਰੂ, ਹੋਰ ਕੋਈ ਦੱਸ ਵੀ ਹੋਰ ਕਿਹੜਾ ਕੰਮ ਚੰਗਾ ਕੀਤਾ ਜੀ। ਅਤੇ ਮਰਦ ਦੇ ਪੁੱਤ ਬਣ ਕੇ ਇਹ ਕਹਿਣਾ ਮੈਂ ਸ਼ਰਾਬ ਨਹੀਂ ਪੀਂਦਾ, ਉਹ ਬੱਚੇ ਬੈਠੇ ਪਿੱਛੇ ਇਹਨਾਂ ਨੂੰ ਰਾਤ ਨੂੰ ਤਿੰਨਾਂ ਨੂੰ ਛਡਾਈ ਸ਼ਰਾਬ, ਰਾਤੀ ਤਿੰਨ ਬੱਚਿਆਂ ਨੂੰ ਸ਼ਰਾਬ ਛਡਾਈ, ਕੰਮ ਨਹੀਂ ਜੀ ਹੁੰਦਾ। ਮੈਂ ਕਿਹਾ ਇੱਧਰ ਇਹਦਾ ਵੀ ਤਾਂ ਨਹੀਂ ਨਾ ਹੁੰਦਾ, ਨਹੀਂ ਪਤਾ ਲੱਗਾ, ਸਾਡਾ ਕੰਮ ਨਹੀਂ ਸਿਰੇ ਚੜ੍ਹਦਾ। ਸ਼ਰਾਬ ਪੀਣ ਵਾਲਿਆ ਤੂੰ ਕਿਤਰਾ ਕਹਿ ਸਕਦਾ ਗੁਰੂ ਨੂੰ ਮੇਰਾ ਕੰਮ ਕਰਦੇ, ਨਹੀਂ ਪਤਾ ਲੱਗਿਆ ਜੀ ਕਿਧਰ ਨੂੰ ਚਲੇ ਗਏ। ਸ਼ਰਾਬ ਪੀਣ ਵਾਲਾ ਬੰਦਾ ਕਿਤਨਾ ਗੁਰੂ ਨੂੰ ਅਰਦਾਸ ਕਰੂਗਾ, ਜਦੋਂ ਉਹ ਤੇ ਲਿਖ ਰਿਹਾ ਉਹਦੇ ਸੰਵਿਧਾਨ ਤੇ ਲਿਖਿਆ ਸਿੱਖ ਨੇ ਸ਼ਰਾਬ ਨਹੀਂ ਪੀਣੀ, ਸਿੱਖ ਨੇ ਕੋਈ ਵੀ ਨਸ਼ਾ ਨਹੀਂ ਕਰਨਾ। 52 ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਿਹੜੇ ਹਜ਼ੂਰ ਸਾਹਿਬ ਜਾਣ ਲੱਗੇ ਲਿਖ ਕੇ ਦੇ ਗਏ, ਪੜ੍ਹੇ ਨੇ ਅਤੀ ਮੇਰੇ ਨੇ ਪੜ੍ਹਿਆ, ਉਹਨਾਂ 'ਚ ਕੁਝ ਲਿਖਿਆ ਸਿੱਖ ਨੇ ਸ਼ਰਾਬ ਨਹੀਂ ਵਰਤਣੀ। ਇੱਕ ਹੋਰ ਲਿਖਿਆ ਹੈ ਆਖੋ ਵਾਹਿਗੁਰੂ, ਉੱਥੇ ਸਰਕਾਰ ਨੇ ਸਾਰੇ ਧਿਆਨ ਨਾਲ ਸੁਣਿਆ, ਉੱਥੇ ਸਰਕਾਰ ਨੇ ਇੱਕ ਸ਼ਬਦ ਲਿਖਿਆ ਵੀ ਸਿੱਖ ਦਾ ਨਸ਼ਾ, ਇਹਨੂੰ ਫੜ ਲਓ ਫੜ ਲਓ ਫੜ ਲਓ, ਧਿਆਨ ਦਿਓ ਮਨ ਨੂੰ ਕੱਗ ਰੱਖਿਓ, ਸਿੱਖ ਦਾ ਨਸ਼ਾ ਬੋਲੋ ਬੋਲਾ ਕੇਵਲ ਪ੍ਰਸ਼ਾਦਾ, ਨਹੀਂ ਪਤਾ ਲੱਗਾ ਸਿਆਣੇ ਹੋ, ਸਿੱਖ ਦਾ ਨਸ਼ਾ ਕੀ ਹੈ, ਹਰ ਵੇਲੇ ਅਰਦਾਸ ਕਰਨੀ ਆ ਗਰੀਬ ਨਵਾਜ ਮੈਨੂੰ ਦੋ ਟਾਈਮ ਦਾ ਪ੍ਰਸ਼ਾਦਾ ਬਖਸ਼ ਦੀ, ਇਹ ਹੀ ਨਸ਼ਾ ਹੈ। ਅਤੇ ਵੇਖਿਆ ਜੇ ਰੋਟੀ ਖਾ ਕੇ ਸੁਸਤੀ ਪੈਂਦੀ, ਜਿਹੜੇ ਲੋਕ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਸ਼ਰਾਬ ਤੋਂ ਬਿਨਾਂ, ਮੇਰਾ ਕਲਗੀਧਰ ਪਾਤਸ਼ਾਹ ਕਹਿੰਦਾ ਤੂੰ ਹੱਕ ਹਲਾਲ ਦੀ ਰੋਟੀ ਖਾਈ, ਗਰੰਟੀ ਮੇਰੀ ਹੈ ਤੈਨੂੰ ਨੀਂਦ ਆ ਜੂਗੀ ਅਤੇ ਦੇਹ ਵੀ ਅਰੋਗ ਰਹੂਗੀ। ਇਹ ਸਾਰੀਆਂ ਗੱਲਾਂ ਆਪਣੇ ਆਪ ਨੇ ਸਰੀਰ ਨੂੰ ਪੁੱਛੋ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਅੱਗੇ ਕੇ ਨਹੀਂ ਕੇ ਉਦਣ ਵਾਲਾ ਕੇ ਕਰਮ ਕਮਾਇਆ। ਅੱਜ ਕੋਈ ਸ਼ਹਿਰ ਦਾ ਪਰਮੀ ਬੈਠਾ ਹੋਵੇ, ਜਿਹੜੇ ਸ਼ਹਿਰ ਦੇ ਰਹਿਣ ਵਾਲੇ ਆ, ਇਹ ਇੱਧਰ ਲਹਿੰਦੇ ਪੰਜਾਬ ਨੂੰ ਕੇ ਕਹਿੰਦੇ ਕੇ ਕਰ ਰਿਹਾ ਹੈ, ਇੱਥੇ ਪੁੱਛਿਆ ਵਾ ਕੇ ਕਰਮ ਕਮਾਇਆ ਤੁਧ ਸਰੀਰਾ, ਦਸ ਤੂੰ ਜਿੱਦਣ ਦਾ ਆਇਆ ਇਸ ਸ੍ਰਿਸ਼ਟੀ ਦੇ ਉੱਤੇ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਜਦੋਂ ਦਾ ਤੂੰ ਜਗਤ ਵਿੱਚ ਆਇਆ। ਇਹ ਵਿਚਾਰ ਕਰਨੀ ਹੈ ਗੁਰਬਾਣੀ ਦੀ, ਜਿਉਂ ਜਿਉਂ ਪੜ੍ਹਨਾ ਹੈ ਤੇ ਉਹ ਤੋਂ ਨਾਲ ਨਾਲ ਕੁਐਸਚਨ, ਦੁੱਖ ਰੋਗ ਸੰਤਾਪ ਉਤਰੇ, ਆਖਿਆ ਕੀ ਕੀਤਾ ਜੀ, ਕਿਸੇ ਨੇ ਕਿਹਾ ਵੀ ਮੇਰੇ ਦੁੱਖ ਰੋਗ ਸੰਤਾਪ ਉਤਰ ਗਏ, ਅਗਲੇ ਨੇ ਕੁਐਸਚਨ ਕੀਤਾ ਕੀ ਕੀਤਾ, ਕਿਹੜੀ ਦਵਾਈ ਖਾਧੀ, ਕੀ ਦੱਸੋਗੇ, ਸੁਣੀ ਸੱਚੀ, ਇਤਨਾ ਵਿਚਾਰ ਕਰ ਕਰਕੇ ਬਾਣੀ ਪੜ੍ਹਨੀ, ਕੇ ਕਰਮ ਕਮਾਇਆ ਤੋ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ, ਕਹਿੰਦਾ ਮੈਂ ਅਮਰੀਕਾ ਪਹੁੰਚ ਗਿਆ, ਬਾਲਟੀਮੋਰ ਆ ਗਿਆ, ਘਰ ਬਣਾ ਲਿਆ, ਕਾਰੋਬਾਰ ਖੋਲ ਲਿਆ, ਇਹ ਭਾਈ ਸਾਹਿਬ ਕੰਮ ਹੀ ਨਹੀਂ ਮੇਰਾ। ਤੀਸਰਾ ਬਾਬਾ ਕਹਿੰਦਾ
ਸਾਰੇ ਕੰਮ ਤੇਰੇ ਮੁਬਾਰਕ ਨੇ, ਸਾਰਾ ਤੇਰਾ ਘਰ ਬਣਾਉਣਾ ਮੁਬਾਰਕ ਆ, ਚਿੜੀਆਂ ਵੀ ਬਣਾਉਂਦੀਆਂ, ਪੱਖੀ ਬਣਾਉਂਦੇ, ਸੱਪ ਵੀ, ਚੂਹੇ ਵੀ, ਇਹ ਖੁੱਡਾਂ ਸਾਰੇ ਕੁਝ ਆਪਣੇ ਰਹਿਣ ਨੂੰ ਜਗ੍ਹਾ ਬਣਾਉਂਦੇ। ਆਖੋ ਵਾਹਿਗੁਰੂ। ਮਗਰ ਤੂੰ ਘਰ ਬਣਾ ਕੇ ਕੋਈ ਵੱਡੀ ਛਾਲ ਨਹੀਂ ਮਾਰ ਰਹੀ, ਜਿਹੜੀ ਇੱਕ ਜ਼ਰੂਰੀ ਗੱਲ ਸੀ ਵੀ ਜਿਨ ਹਰ ਤੇਰਾ ਰਚਨ ਰਚਿਆ, ਜਿਸ ਮਾਲਕ ਨੇ ਤੇਰੀ ਬਣਤ ਬਣਾਈ, ਆਹ ਕੰਮ ਭੁੱਲ ਗਿਆ ਤੂੰ। ਕੀ ਸੋਹਰ ਉਹਨੂੰ ਤੂੰ ਮਨ ਚ ਨਹੀਂ ਵਸਾਇਆ ਇਹ ਕੰਮ, ਇਹ ਬਾਣੀ ਦੀ ਵਿਚਾਰ ਤੁਸੀਂ ਜਦੋਂ ਆਨੰਦ ਸਾਹਿਬ ਪੜ੍ਹਨਾ ਸੀ ਨਾ, ਇਹ ਵਿਚਾਰ ਕਰਨੀ ਸੀ। ਜਿਹਨਾਂ ਅੰਤਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ, ਤਿਨਕੇ ਮੁੱਖ ਸਦ ਉਜਲੇ ਤਿਤ ਸੱਚੇ, ਉਹਦੇ ਸੱਚੇ ਦਰਬਾਰ ਦੇ ਵਿੱਚ ਮੁੱਖ ਉਜਲੇ ਉਹਨਾਂ ਲੋਕਾਂ ਦੇ ਜਿਹਨਾਂ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਨੂੰ ਵਿਚਾਰਿਆ। ਕੱਲਾ ਮੱਥਾ ਟੇਕਣ ਵਾਲੀ ਜਗ੍ਹਾ ਨੀਗੀ ਇਹ, ਮੱਥਾ ਟੇਕ ਕੇ ਕੁਛ ਸਿੱਖਣਾ ਹੈ। ਸਾਧ ਸੰਗਤ ਚਾਟ ਸਾਲ ਹੈ, ਚਾਟ ਸਾਲ ਮੀਨਜ ਕਲਾਸ, ਗੁਰਸਿੱਖ ਚਾਟੜੇ ਪੜ੍ਹਨ ਕੋ ਆਏ, ਤੁਸੀਂ ਸਾਰੇ ਇੱਥੇ ਪੜ੍ਹਨ ਆਏ ਹੋ, ਤੇ ਪੜ੍ਹਨ ਵਾਲਾ ਵਿਦਿਆਰਥੀ ਭਾਵੇਂ ਮਾੜੇ ਤੋਂ ਮਾੜਾ ਹੋਵੇ, ਭਾਵੇਂ ਊੜਾ ਸਿੱਖ ਕੇ ਜਾਵੇ, ਭਾਵੇਂ ਈੜੀ ਸਿੱਖ ਕੇ ਜਾਵੇ, ਜਿਹੜਾ ਰੋਜ਼ ਘਰੋਂ ਟਾਈਮ ਕੱਢ ਕੇ ਸਕੂਲੇ ਆਇਆ ਕੁਝ ਨਾ ਕੁਝ, ਅਸੀਂ ਇਸ ਤਰ੍ਹਾਂ ਨਹੀਂ ਕੀਤਾ। ਸਿੱਖਣ ਦੀ ਆਦਤ ਪਾਓ, ਸਿੱਖੋ ਕੁਝ ਗੁਰੂ ਨਾਨਕ ਦੇ ਘਰੋਂ ਆਣ ਕੇ। ਆਖਿਆ ਜੀ ਉਹ ਕਿਤਨਾ ਮਨ ਵਿੱਚ ਵੱਸਦਾ ਹੈ, ਤੁਸੀਂ ਮੈਨੂੰ ਕੁਐਸਚਨ ਕੀਤਾ ਸੋਹਰ ਮਾਨਾ ਵਸਾਇਆ ਕਿਤਨਾ ਮੰਨਦਾ, ਕਹਿੰਦੇ ਤੇਰੀ ਕਿਰਪਾ ਨਾਲ ਤੇਰੀ ਕੋਸ਼ਿਸ਼ ਨਾਲ ਤੇ ਉਹਨੇ ਮਨ ਚ ਨਹੀਂ ਹੋ ਵਸਣਾ। ਗੁਰਪ੍ਰਸਾਦੀ ਪ੍ਰਸਾਦੀ, ਪ੍ਰਸਾਦੀ ਦਾ ਮਤਲਬ ਕਿਰਪਾ ਦਾ ਸਦਕਾ, ਗੁਰੂ ਦੀ ਹਰ ਮਨ ਵਸਿਆ, ਹਰੀ ਮਨ ਵਿੱਚ ਵੱਸਦਾ ਹੈ, ਤੇ ਉਹ ਵੀ ਉਹਦੇ ਪੂਰਬ ਲਿਖਿਆ ਪਾਇਆ, ਜਿਹਨੂੰ ਪੂਰਬਲੀ ਕਮਾਈ। ਤੇ ਮਸਕੀਨ ਜੀ ਪਤਾ ਕੀ ਕਹਿੰਦੇ ਸੀ, ਆਪਾਂ ਲਈ ਬੜਾ ਹੋਊਆ ਇੱਕ ਸ਼ਬਦ ਆ ਪੂਰਬਲੇ ਕਰਮ, ਕਹਿੰਦੇ ਆ ਨਾ ਮੇਰੇ ਪੂਰਬਲੇ ਕਰਮਾਂ ਚਿੱਤਰ ਆਊਗਾ। ਮਸਕੀਨ ਜੀ ਕਹਿੰਦੇ ਆਹ ਜਿਹੜੀ ਹੁਣ ਤੁਸੀਂ ਘੜੀ ਲਾ ਰਹੇ ਹੋ ਨਾ, ਕਿੱਥੇ ਭਲਾ ਸਤਸੰਗਤ ਵਿੱਚ, ਇਹ ਤੁਹਾਡਾ ਪੂਰਬਲਾ ਕਰਮ ਬਣ ਗਿਆ, ਘੜੀ ਕਿਨੂੰ 2 ਮਿੰਟ ਬਾਅਦ ਇਹ ਪੂਰਬਲਾ ਕਰਮ ਬਣ ਜਾਣਾ ਹੈ। ਤੁਸੀਂ ਐਵੇਂ ਡਰਿਆ ਨਾ ਕਰੋ ਵੀ ਪੂਰਬਲਾ ਕਰਮ ਜਦੋਂ ਮੈਂ ਪਿੱਛੇ ਕਿਤੇ ਉਦੋਂ ਸਾ, ਨਾ 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 ਨਾ, ਹੁਣ ਜਿਹੜਾ ਚੰਗਾ ਕਰ ਰਹੇ ਉਹ ਘੜੀ ਕਿਨੂੰ ਪੂਰਬਲਾ ਕਰਮ ਬਣ ਜਾਣਾ ਹੈ, ਇਹਦੀ ਤੁਹਾਨੂੰ ਕਮਾਈ ਮਿਲ ਜਾਣੀ। ਅੱਜ ਜੇ ਹੁਣ ਦੀ ਘੜੀ ਚ ਪਾਪ ਕਰ ਰਹੇ ਹੋ, ਇਹ ਪੂਰਬਲਾ ਕਰਮ ਮਿਲ ਗਿਆ, ਇਹਦੀ ਘੜੀ ਕਿਨੂੰ ਤੁਹਾਨੂੰ ਸਜ਼ਾ ਮਿਲ ਜਾਣੀ। ਤੁਸੀਂ ਕਹਿਣਾ ਹੈ ਮੈਂ ਤੇ ਕੋਈ ਮਾੜਾ ਕੀਤਾ ਨਹੀਂ, ਚੰਗੀ ਚੇਤਨਤਾ ਨਾਲ ਚੰਗੀ ਤਰ੍ਹਾਂ ਬਹਿ ਕੇ ਵੇਖੀ, ਤੈਨੂੰ ਫਿਰ ਅੰਦਰੋਂ ਜਵਾਬ ਆਜੂਗਾ ਮਾੜਾ ਤੇ ਕੀਤਾ, ਫਲਾਣੇ ਨਾਲ ਧੋਖਾ ਕੀਤਾ, ਕਰਦੇ ਕਿ ਨਹੀਂ ਬੋਲੋ, ਫਲਾਣੇ ਨਾਲ ਧੋਖਾ ਕੀਤਾ, ਫਲਾਣੇ ਚੀਟ ਕੀਤਾ। ਮੇਰੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਕਹਿ ਨਾਨਕੇ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਓ, ਇੱਕ ਤੁਕ ਹੋਰ ਵਿਚਾਰ ਲਓ ਪੌੜੀ, ਇਹ ਰਸਨਾ ਬੋਲੋ ਬੋਲੋ, ਰਸਨਾ ਮੀਨਜ ਜੀਵ ਨੂੰ ਕਹੋ, ਜਿਤਰਾ ਅੱਗੇ ਕਿਹਨੂੰ ਕਿਹਾ ਸੀ ਸਰੀਰ ਨੂੰ, ਹੁਣ ਜੀਵ ਨੂੰ ਕਹੋ, ਤੂੰ ਅਨਰਸ ਰਾਜ ਰਹੀ, ਤੂੰ ਅਨਰਸ ਦਾ ਮਤਲਬ ਹੋਰ ਨਾ ਰਸਾਂ, ਸ਼ਾਬਾਸ਼ ਜੀਦੀ ਨੂੰ ਮੇਰੀ ਭੈਣ, ਪੈਰ ਧੋ ਕੇ ਪੀਨਾ, ਜਿਹਨੂੰ ਬਾਣੀ ਦਾ ਪਤਾ ਹੈ, ਜਿਹਨੂੰ ਬਾਣੀ ਨਾਲ ਪ੍ਰੇਮ ਆ, ਕਿਤੇ ਤੁਹਾਡੇ ਹੀ ਸਹਾਰੇ ਜਗਤ ਬੈਠਾ ਹੈ। ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ, ਜੇ ਕੋਈ ਇੱਕ ਵੀ ਜਪਦਾ ਹੋਵੇ ਨਾ, ਉਹਨਾਂ ਦੀ ਬਰਕਤ ਦਾ ਸਦਕਾ ਅਸੰਖਾਂ ਕਰੋੜਾਂ ਜੀਵ ਵਿਚਾਰੇ ਰੋਟੀ ਖਾਂਦੇ, ਕੋਈ ਇੱਕ ਭਲਾ ਪੁਰਸ਼ ਜੀਂਦਾ ਹੋਵੇ। ਤੇ ਇਹ ਰਸਨਾ ਨੂੰ ਕਹੋ, ਰਸਨਾ ਜੀਵ ਨੂੰ ਕਹਿੰਦੇ, ਕਹਿੰਦੇ ਇਹ ਰਸਨਾ ਅਨਰਸ ਨਹੀਂ ਆਨਰਸ, ਅਨਰਸ ਹੋਰ ਵੰਡਣਾ ਪਾਰ, ਆਨ ਤੇ ਰਸ ਵੱਖਰੇ ਵੱਖਰੇ, ਹੋਰ ਨਾ ਰਸਾਂ ਕਸਾਂ ਵਿੱਚ ਡੁੱਬੀ ਏ। ਆਖੋ ਵਾਹਿਗੁਰੂ, ਤੇਰੀ ਬੁੱਝ ਗਈ, ਬੁੱਝ ਗਈ ਪਿਆਸ,
ਚੁਗਲੀ ਕੀਤੀ ਹੂ, ਹਰੀ ਦਾ ਰਸ ਨਹੀਂ ਸੀ ਹੈ। ਫਿਰ ਤੂੰ ਅੱਜ ਤੋਂ ਆਖਿਆ ਵੀ ਮੈਂ ਅੱਜ ਤੋਂ ਮੇਰਾ ਹੁਣ ਕੁਛ ਬੋਲਣ ਨੂੰ ਨਹੀਂ ਦਿਲ ਕਰਦਾ, ਚੁਗਲੀ ਨੇ ਤਾਂ ਸਗੋਂ ਅੱਗ ਲਾਈ। ਕੀ ਬੋਲਿਆ ਜੀ? ਚੁਗਲੀ ਨੇ ਜਿਹੜੀ ਚੁਗਲੀ ਕੀਤੀ ਤੇ ਉਹਨੇ ਅੱਗ ਬਾਲੀ। ਜੇ ਤੁਸੀਂ ਇਸ ਰਸਨਾ ਨਾਲ ਵਾਹਿਗੁਰੂ ਕਹੋਗੇ ਤੇ ਅੱਗ ਬੁਝੂਗੀ। ਬਾਪੂ ਜੀ ਕਹਿ ਰਹੇ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ। ਤੈਨੂੰ ਨੀ ਪੁੱਤ ਆਉਂਦੀ ਬਾਣੀ ਅੱਗੇ? ਪਿਆਸ ਨਾ ਜਾਏ ਹੋਰਤ ਮੈਨੇ ਹੋਰ ਕਿਸੇ ਗੱਲ ਚੋਂ ਤੇਰੀ ਪਿਆਸ ਨੀ ਬੁਝਣੀ ਜਿਚਰ ਆ ਰਸ ਨਹੀਂ ਪਾਏਗਾ ਪੱਲੇ। ਵਾਹਿਗੁਰੂ ਵਾਹਿਗੁਰੂ। ਪੰਜ ਮਿੰਟ ਸੱਤ ਰਹਿ ਗਏ ਜੇ। ਇਹ ਅਸਮਾਨ ਤੋਂ ਉੱਤਰੀ ਬਾਣੀ ਨਹੀਂ, ਇਹ ਤੁਹਾਡੇ ਧੁਰ ਚੋਂ ਨਿਕਲੀ ਹੈ। ਧੁਰ ਕੀ ਬਾਣੀ ਹੈ? ਧੁਨੀ ਤੱਦਾ ਧੁਰ। ਤੁਸੀਂ ਇਹਨੂੰ ਧੁਰੋਂ ਬੋਲੋ, ਧੁਨੀ ਚੋਂ ਅਰਥ ਆਪ ਹੀ ਹੋਣਗੇ, ਨਹੀਂ ਪਤਾ ਲੱਗਾ। ਇਹ ਬਾਣੀ ਜੋ ਜੀਓ ਜਾਣੇ ਅੰਮ੍ਰਿਤ ਬਾਣੀ, ਘੱਟ ਤੇ ਉੱਚਰੋ ਉੱਥੋਂ ਨਹੀਂ। ਇੱਧਰ ਵੇਖੋ ਭੈਣ, ਅੰਮ੍ਰਿਤ ਬਾਣੀ ਘੱਟ ਮਿੰਜ, ਅੰਦਰੋਂ ਬੋਲੋ। ਇਹ ਬਾਣੀ ਅੰਦਰੋਂ ਬੋਲਣ ਵਾਲੀ ਆ। ਅੰਮ੍ਰਿਤ ਬਾਣੀ ਘੱਟ ਤੇ ਉੱਚਰੋ ਤੇ ਕਰੋ ਕਿ ਆਤਮ ਕੋ ਸਮਝਾਓ। ਇਹ ਬਾਣੀ ਪੜ੍ਹ ਪੜ੍ਹ ਕੇ ਆਪਣੇ ਆਪ ਨੂੰ ਸਮਝਾਓ ਵੀ ਬਾਣੀ ਤੈਨੂੰ ਕਹਿ ਰਹੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਮੈਨੂੰ ਵੀ ਕਹਿ ਰਹੀ, ਤੁਹਾਨੂੰ ਵੀ ਕਹਿ ਰਹੀ, ਸਾਰਿਆਂ ਨੂੰ ਕਹਿ ਰਹੀ। ਇੱਕ ਬੰਦੇ ਨੂੰ ਨਹੀਂ ਕਹਿ ਰਹੀ ਵੀ ਮੈਂ ਟਾਰਗੇਟ ਬਣਾ ਕੇ ਆਖਾਂ ਆਹ ਫਲਾਣਾ ਬੰਦਾ ਉਹਨੂੰ ਕਹਿ ਰਹੀ, ਨਾ 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 ਨਾ, ਹਰ ਇੱਕ ਨੂੰ ਕਹਿ ਰਹੀ, ਪਾਪੀ ਨੂੰ ਕਹਿ ਰਹੀ, ਪੁੰਨੀ ਨੂੰ ਕਹਿ ਰਹੀ ਤੇ ਕਹਿ ਕੇ ਰਹੀ ਅੰਮ੍ਰਿਤ ਬਾਣੀ ਘੱਟ ਤੇ ਉੱਚਰੋ ਆਤਮ ਕੋ। ਆਤਮ ਦਾ ਮਤਲਬ ਆਪਣੇ ਆਪ ਨੂੰ ਸਮਝਾਓ। ਸੱਤਰ ਦੋਏ ਭਰੇ ਅੰਮ੍ਰਿਤਸਰ, 72 ਨਾੜਾਂ ਤੁਹਾਡੀਆਂ ਅੰਮ੍ਰਿਤ ਨਾਲ ਭਰੀਆਂ ਨੇ, ਮਗਰ ਉਹਦੇ ਨਾਲ ਇੱਕ ਗੱਲ ਦਾ ਚੇਤਾ ਰੱਖੋ ਵੀ ਬਿਖ ਕੋ ਮਾਰ ਕਢਾਵੋ। ਅੰਦਰ ਜਿਹੜੀਆਂ ਜਹਿਰਾਲੀਆਂ ਚੀਜ਼ਾਂ ਨੇ, ਜ਼ਹਿਰੀਲੀਆਂ ਚੀਜ਼ਾਂ ਨੇ, ਨਿੰਦਾ ਚੁਗਲੀ ਦੂਈ ਦਵਾਇਤ, ਇਹਨਾਂ ਨੂੰ ਮਾਰ ਕੇ ਧੱਕੇ ਬਾਹਰ ਕੱਢੋ। ਅੰਦਰ ਅੰਮ੍ਰਿਤ ਹੈਗਾ ਹੈ, ਨਹੀਂ ਪਤਾ ਲੱਗ ਰਿਹਾ? ਅੰਮ੍ਰਿਤ ਬਾਣੀ ਘੱਟ ਤੇ ਉੱਚਰੋ, ਆਤਮ ਕੋ ਸਮਝਾਓ। ਸੱਤਰ ਦੋਏ, ਸੱਤਰ ਦੋਏ ਮੀਨ 72 ਨਾੜੀਆਂ ਕਿੰਨੀਆਂ ਨੇ? ਤੇ ਕਹਿੰਦੇ ਅੰਮ੍ਰਿਤ ਦੀਆਂ ਭਰੀਆਂ ਵਗ ਰਹੀਆਂ ਨੇ। ਕੁਝ ਚੀਜ਼ਾਂ ਨੇ ਜਿਹੜੀਆਂ ਉਸ ਅੰਮ੍ਰਿਤ ਨੂੰ ਪ੍ਰਗਟ ਨਹੀਂ ਹੁੰਦੀਆਂ, ਨਿੰਦਾ ਚੁਗਲੀ ਦੂਈ ਦਵੈਤ, ਉਸ ਅੰਮ੍ਰਿਤ ਨੂੰ ਅੰਦਰੋਂ ਇਹਨੂੰ ਮਾਰ ਕਢਾਵੋ। ਇਸ ਤਰ੍ਹਾਂ ਲਿਖਿਆ, ਵੇਖ ਕੋ ਮਾਰ ਕਢਾਵੋ,
ਅੰਦਰੋਂ ਯਾਰ ਨੂੰ ਬਾਹਰ ਕੱਢੋ, ਆਪਣੀ ਦੈਤ ਦੂਈ ਨੂੰ, ਈਰਖਾ ਨੂੰ, ਦਵੈਤ ਨੂੰ, ਇਹਨੂੰ ਬਾਹਰ ਕੱਢੋ ਧੱਕੇ ਮਾਰ ਕੇ। ਬਾਣੀ ਦਾ ਇੰਨਾ ਪ੍ਰਤਾਪ ਹੈ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪਾਏ ਪੱਲੇ, ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ, ਕਹੇ ਨਾਨਕ ਹੋਰ ਅਨਰਸ ਸਭ ਵਿਸਰੇ। ਅਨਰਸ ਅਨਮਣੇ ਦੂਸਰੇ ਰਸ ਸਾਰੇ। ਆਹ ਤੁਹਾਡੇ ਪਿੰਡਾਂ ਵੱਲ ਜਦੋਂ ਮੈਂ ਜਾਂਦਾ ਨਾ ਕਥਾ ਕਰਨ, ਤੇ ਹਰਗੋਬਿੰਦਪੁਰਾ ਤੋਂ ਦਸੂਏ ਥਾਣੀ ਜਦੋਂ ਕਦੀ ਲੰਘੀਏ, ਤੇ ਹੁਣ ਤੁਹਾਡੇ ਪਿੰਡਾਂ ਪਿੰਡਾਂ ਤੱਕ ਰੇਹੜੀਆਂ ਚਲੇ ਗਈਆਂ ਨੇ ਗੋਲ ਗੱਪੇ ਦੀਆਂ, ਮੈਨੂੰ ਪਤਾ ਨਹੀਂ ਤੁਸੀਂ ਕਦੋਂ ਦੇ ਗਏ ਹੋ। ਤੇ ਉਹ ਗੋਲ ਗੱਪਿਆਂ ਦੀਆਂ ਰੇਹੜੀਆਂ ਲਾਉਣ ਵਾਲੇ ਕੌਣ ਨੇ? ਪੂਰਬੀ ਬਿਹਾਰੀਏ, ਉਹ ਤੰਬਾਕੂ ਵੀ ਖਾਂਦੇ, ਗੋਲ ਗੱਪਿਆਂ 'ਚ ਪਾਣੀ ਕਿੱਥੋਂ ਪਾਉਂਦੇ ਨਾਲਿਆਂ ਦਾ। ਮਗਰ ਸਾਡਾ ਇੱਕ ਰਸ ਬਣ ਗਿਆ ਖੱਟੀ ਚੀਜ਼, ਚਕਮਕੀ ਚੀਜ਼ ਖਾਣ ਦਾ, ਸਾਨੂੰ ਉੱਥੇ ਚੇਤਾ ਭੁੱਲ ਗਿਆ ਵੀ ਮੈਂ ਖਾਣ ਕਿੱਥੋਂ ਲੱਗਾਂ। ਅੱਜ ਇਹਨਾਂ ਦਾ ਕੱਲ੍ਹ ਸ਼ਹੀਦੀ ਦਿਹਾੜਾ, ਆਪ ਜੀ ਨੇ ਮਨਾਇਆ, ਉਹਨਾਂ ਦੀ ਇੱਕ ਸੀਡੀ ਆ ਕਲੇਪਿਆ ਸੁਣਿਓ, ਅੱਖ ਵਾਹਿਗੁਰੂ। ਇੱਕ ਚੀਜ਼ ਦਾ ਨਾਂ ਹੈ ਬਦਕਿਸਮਤ ਜਿਹਾ, ਉਹਨੂੰ ਤੰਬਾਕੂ ਕਹਿੰਦੇ, ਤੰਬਾਕੂ। ਉਹਨਾਂ ਨੇ ਇੱਕ ਕਲਿੱਪ ਵਿੱਚ ਬੋਲਿਆ, ਬਾਬਾ ਜਰਨੈਲ ਸਿੰਘ ਸਾਹਿਬ ਨੇ ਵੀ, ਜਿਤਨਾ ਹੁਣ ਮੈਂ ਮੂੰਹ ਚੋਂ ਨਹੀਂ ਨਾਂ ਲੈ ਲਿਆ ਇਹਦਾ, ਕਿਹਦਾ ਤੁਸੀਂ ਨਾ ਕਿਹੋ, ਸਾਰੇ ਨਾਂ ਕਿਤੇ ਲੈ ਲਏ। ਉਹ ਨਾਂ ਜਿਹਦੇ ਮੂੰਹ ਚੋਂ ਨਿਕਲ ਆਉਂਦਾ ਨਾ, ਉਹਦੀ ਰਸਨਾ ਉਨਾ ਚਿਰ ਪਵਿੱਤਰ ਨਹੀਂ ਹੁੰਦੀ ਜਿੰਨਾ ਚਿਰ ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ। ਉਹਦੀ ਰਸਨਾ ਗੰਦੀ ਰਹਿੰਦੀ, ਪਵਿੱਤਰ ਰਹਿੰਦੀ, ਉਹਦੇ ਚੋਂ ਕਦੀ ਵਾਹਿਗੁਰੂ ਸ਼ਬਦ ਨਿਕਲਦਾ ਹੀ ਨਹੀਂ। ਹੁਣ ਤੁਹਾਡੇ ਪਿੰਡਾਂ ਪਿੰਡਾਂ ਵਿੱਚ ਕਿੰਨੇ ਭੇਜੇ ਨੇ ਇਹ ਲੋਕ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਇਹ ਪਿੰਡਾਂ ਪਿੰਡਾਂ ਵਿੱਚ ਕੌਣ ਭੇਜਣ ਵਾਲਾ ਹੈ ਜਿਹੜਾ ਸਾਡੇ ਨਿੱਕੇ ਨਿੱਕੇ ਨਿਆਣਿਆਂ ਨੂੰ ਇਸ ਸਥਾਨ ਤੇ ਲਈ ਆਉਂਦਾ ਹੈ ਵੀ ਅੱਗੇ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਕੇਵਲ ਖਟਿਆਈ ਖਾਣ ਨਾਲ। ਵੀਰ ਜੀ ਦੱਸੋ, ਤੁਹਾਨੂੰ ਕਿਹਾ ਅਰਮਾਲ ਵਾਲੇ ਵੀਰ ਜੀ ਕੀ ਖਾਣਨਾ, ਖਟਿਆਈ ਇੰਨੀ ਮਾੜੀ ਚੀਜ਼ ਆ ਸਾਡੀ ਆਉਣ ਵਾਲੀ ਨਸਲ ਨੂੰ, ਮਗਰ ਅਸੀਂ ਸਵਾਦ ਕਰਕੇ ਖਾਈ ਜਾਂਦੇ ਹਾਂ। ਜਿੱਦਣ ਕਦੀ ਹਰੀ ਦੇ ਨਾਮ ਦਾ ਰਸ ਆਜੂਗਾ ਨਾ, ਕਹੇ ਨਾਨਕ ਹੋਰ ਅੰਨ ਰਸ ਸਭ ਭੁੱਲ ਜਾਣਗੇ ਇਹ ਚੀਜ਼ਾਂ ਖਾਣੀਆਂ, ਕੇਵਲ ਪ੍ਰਸ਼ਾਦਾ। ਆਖੋ ਵਾਹਿਗੁਰੂ, ਕੇਵਲ ਪ੍ਰਸ਼ਾਦਾ ਛੱਕ ਕੇ। ਗੁਰੂ ਕਾ ਸਿੱਖ ਅੱਗੇ ਕੀ ਕਰਦਾ ਸੀ? ਗੁਰੂ ਕਾ ਸਿੱਖਾ ਹਲ ਲਵਾਉਣ ਵੰਡਦਾ ਸੀ, ਪੈਲੀ ਚ ਵਿਉਣਾ, ਹਲ ਜੋੜਨੇ, ਹਲ ਦੀ ਮੁੱਠੀ ਫੜਨ ਤੋਂ ਪਹਿਲੋਂ ਕਹਿਣਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ, ਇਹ ਪੜ੍ਹ ਕੇ ਤੇ ਫੇਰ ਕਰਦਾ ਸੀ ਆਰੰਭ ਹਲ ਵਾਉਣੇ। ਹੁਣ ਤੁਸੀਂ ਕੀ ਕਰਦੇ ਹੋ? ਸਮਝ ਰਹੇ ਹੋ ਪਿੰਡਾਂ ਦੇ ਹੀ ਹੋ, ਹੁਣ ਕੀ ਕਰਦੇ ਹੋ? ਪਿੰਡੋਂ ਹੀ ਲੱਗ ਜਾਂਦੇ ਡੈੱਕ, ਲੱਗਦੇ ਕਿ ਨਹੀਂ ਬੋਲੋ ਨਾ। ਘਰੋਂ ਤੁਰਦਿਆਂ ਹੀ ਤੇਰੀ ਭੈਣ ਵੀ ਸੁਣ ਰਹੀ ਆ, ਤੇਰੀ ਮਾਂ ਵੀ ਸੁਣ ਰਹੀ ਆ, ਗੁਆਂਢੀਆਂ ਦੀਆਂ ਧੀਆਂ ਵੀ ਸੁਣ ਰਹੀਆਂ, ਤੇਰੀ ਭੈਣ ਵੀ ਸੁਣ ਰਹੀ। ਉਹਨਾਂ ਪੈਲੀਆਂ ਦੇ ਵਿੱਚ ਸਾਰੀ ਫਸਲ ਪਲ ਗਈ, ਤੁਸੀਂ ਜ਼ਿਮੀਂਦਾਰ ਹੋ ਤੁਹਾਨੂੰ ਤਾਂ ਕਹਿ ਰਿਹਾ, ਸਾਰੀ ਫਸਲ ਪਲ ਗਈ, ਸਿਰੇ ਤੇ ਚਲੇ ਗਈ, ਸਿੱਟੇ ਪੱਕਣ ਤੇ ਆਏ ਸੀ, ਗੜੇ ਪੈ ਗਏ, ਪੈਂਦੇ ਕਿ ਨਹੀਂ ਬੋਲੋ ਗੁਰੂ ਕਿਸੇ, ਫਸਲਾਂ ਖਰਾਬ ਹੁੰਦੀਆਂ ਕਿ ਨਹੀਂ, ਕਿਸੇ ਨੇ ਕੀਤਾ ਨੁਕਸਾਨ ਸਾਡਾ? ਜਦੋਂ ਤੁਸੀਂ ਰੱਬ ਨੂੰ ਭੁੱਲ ਗਏ, ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਆਪਣੇ ਘਰ ਵਿੱਚ ਆਪਣੇ ਪਰਿਵਾਰਾਂ ਦੇ ਵਿੱਚੋਂ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਕਿੱਥੇ ਗਏ ਹੋ, ਇੱਕ ਤੇ ਗੱਲ ਚੇਤੇ ਰੱਖੋ ਵੀ ਬਾਬਾ ਮੱਖਣ ਸ਼ਾਹ ਨੇ ਇੱਕੋ ਹੀ ਗਿਣਿਆ ਸੀ, ਕਿਹਨੂੰ ਕਿਹਾ ਸੀ? ਧੰਨ ਗੁਰੂ ਕੀ ਗੁਰੂ। ਜੇ ਬਾਬਾ ਮੱਖਣ ਸ਼ਾਹ ਕਹਿੰਦਾ ਮੈਂ ਗੁਰੂ ਲੱਭ ਰਿਹਾ, ਤੇ ਅਸੀਂ ਨਸਲ ਤਾਂ ਉਹਨਾਂ ਦੀ ਆ। ਤੁਹਾਨੂੰ ਪਤਾ ਤੁਹਾਡੇ ਇਲਾਕੇ ਬਾਰੇ ਮੈਂ ਇਤਿਹਾਸ ਪੜ੍ਹਿਆ, ਆਖੋ ਵਾਹਿਗੁਰੂ। ਇਹ ਭਲੱਥ ਤੋਂ ਲੈ ਕੇ ਮਿਆਣੀ ਹੁਸ਼ਿਆਰਪੁਰ ਤੱਕ ਮੈਂ ਜਾਂਦਾ ਕਥਾ ਕਰਨ, ਬੜੇ ਪਰਿਵਾਰ ਮਿਲਦੇ, ਘਰ ਵੀ ਖੜਦੇ।
ਇਹਨਾਂ ਸਾਰਿਆਂ ਨੂੰ ਮੈਂ ਦੱਸਦਾ ਵੀ ਪਾਣੀ ਦਾ ਹੜ ਆਉਂਦਾ ਹੁੰਦਾ ਸੀ, ਜਿਹੜਾ ਬਿਆਸਾ ਦਰਿਆ ਹੈ ਨਾ ਸੈਕਟਰੀ ਸਾਹਿਬ, ਇਹ ਪਾਣੀ ਦੀ ਮਾਰ ਮਾਰਦਾ ਸੀ ਤੁਹਾਡੇ ਇਲਾਕੇ ਨੂੰ ਵੀ ਭਲੱਥ ਤੱਕ। ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਏਰੀਏ 'ਚ ਆਏ। ਬੌਲੀ ਸਾਹਿਬ ਗੁਰਦੁਆਰਾ ਕਿੱਥੇ ਹੈ, ਕਿਹੜਾ ਗੁਰਦੁਆਰਾ ਸ਼ਹਿਰ ਹੈ ਉਹ ਨਿਕਲ ਜਿਹਾ ਭਲੱਥ ਦੇ ਕੋਲ ਹੀ, ਨਹੀਂ ਛੋਟਾ ਜਿਹਾ, ਆਖੋ ਵਾਹਿਗੁਰੂ। ਅਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ ਆਏ ਅਤੇ ਸੰਗਤ ਨੇ ਆਖਿਆ ਸਤਿਗੁਰੂ ਫਸਲ ਬੜੀ ਹੁੰਦੀ ਆ, ਜ਼ਮੀਨ ਬੜੀ ਚੰਗੀ ਆ, ਮਗਰ ਸਿਰੇ 'ਤੇ ਆਣ ਕੇ ਦਰਿਆ ਪਾਣੀ ਚੜ੍ਹ ਜਾਂਦਾ ਅਤੇ ਦਰਿਆ ਪਾਣੀ ਸਾਰੀਆਂ ਫਸਲਾਂ ਮਾਰ ਜਾਂਦਾ ਏ, ਸਾਨੂੰ ਅਸੀਸ ਦਿਓ ਕੋਈ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਤੁਸੀਂ ਨਸ਼ੇ ਨਾ ਕਰਿਓ ਅਤੇ ਕੇਸ ਨਾ ਕਟਾਇਓ, ਗਰੰਟੀ ਮੇਰੀ ਤੁਹਾਡੀਆਂ ਨਸਲਾਂ ਕੋਲੋਂ ਪੈਸੇ ਨਹੀਂ ਮੁੱਕਣਗੇ। ਤੁਸੀਂ ਹੁਣ ਮੈਨੂੰ ਦੱਸੋ ਜਿੰਨੇ ਤੁਸੀਂ ਬਾਹਰਲੇ ਦੇਸ਼ਾਂ 'ਚ ਰਹਿੰਦੇ ਹੋ ਕੋਈ ਘਾਟਾ ਤੁਹਾਨੂੰ? ਬੋਲੋ ਗੁਰੂ ਕ੍ਰਿਸ਼ਨ, ਰੋਟੀ ਤੋਂ ਭੁੱਖੇ ਹੋ? ਕਦੀ ਸੋਚੀਆਂ ਸੀ ਇੱਡੀਆਂ ਇੱਡੀਆਂ ਵੱਡੀਆਂ ਕਾਰਾਂ ਤੁਹਾਨੂੰ ਮਿਲਣਗੀਆਂ? ਕਦੀ ਸੋਚਿਆ ਸੀ ਤੁਹਾਡੇ ਏਡੇ ਏਡੇ ਵੱਡੇ ਕਾਰੋਬਾਰ ਹੋਣਗੇ? ਮਗਰ ਉਹਨੇ ਕੋਈ ਪਰਨ ਵੀ ਲਿਆ ਸੀ, ਤੁਹਾਨੂੰ ਇਹ ਵਰ ਦੇਣ ਲੱਗੇ ਨੇ, ਅਸੀਸ ਦੇਣ ਲੱਗੇ ਨੇ, ਕੋਈ ਪਰਨ ਲਿਆ ਸੀ? ਇੱਕ ਤੇ ਨਸ਼ਾ ਨਾ ਕਰਿਓ, ਇੱਕ ਰੋਮਾਂ ਦੀ ਵਿਧ ਵੀ ਨਾ ਕਰਿਓ, ਇਤਿਹਾਸ ਪੜ੍ਹ ਕੇ ਵੇਖ ਲਓ, ਭਾਈ ਸਾਹਿਬ ਨੂੰ ਪੁੱਛੋ। ਵਡਾਲੀ ਕਈ ਤਰ੍ਹਾਂ ਦਾ ਹੈ ਉੱਥੇ ਪਿੰਡ ਤੁਹਾਡੇ ਲਾਗੇ, ਉਹਦੇ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਬਹਿ ਕੇ ਪਲੰਘ 'ਤੇ, ਉੱਥੇ ਮੈਂ ਕਥਾ ਕਰਕੇ ਆਇਆ, ਜਿੱਥੇ ਪਲੰਘ 'ਤੇ ਬਹਿ ਕੇ ਮਹਾਰਾਜ ਨੇ ਬਚਨ ਕੀਤੇ ਸੀ ਇਸ ਇਲਾਕੇ ਦੀ ਸੰਗਤ ਨੂੰ ਵੀ ਤੁਹਾਨੂੰ ਬਿਆਸਾ ਦਰਿਆ ਕੁਛ ਨਹੀਂ ਕਹੂਗਾ ਜੇ ਤੁਸੀਂ ਇੱਕ 'ਤੇ ਇੱਕ ਕੇਸ ਨਹੀਂ ਕਟਾਓਗੇ। ਗੁਰੂ ਕਿਰਪਾ ਕਰੇ, ਮੈਂ ਹੱਥ ਜੋੜ ਕੇ ਬੇਨਤੀ ਤੁਹਾਨੂੰ ਕਰਦਾ, ਸਮਾਂ ਹੋ ਗਿਆ, ਆਪਣੇ ਆਪ ਨੂੰ ਸੰਭਾਲੋ, ਨਸ਼ਿਆਂ ਤੋਂ ਬਚੋ। ਵੇਖੋ ਮੈਂ ਇੱਥੇ ਆਣ ਕੇ ਕੀ ਪ੍ਰਚਾਰ ਕਰਾਂ, ਬੋਲੋ ਵੀ ਨਸ਼ਾ ਕਰਿਆ ਕਰੋ। ਬਹੁਤ ਸਾਰੇ ਫਰਿੱਜ ਨੂੰ ਕਹਿ ਦਿੰਦੇ ਨੇ ਹੋਰਨਾਂ ਥਾਵਾਂ 'ਤੇ, ਭਾਈ ਸਾਹਿਬ ਜੀ ਅਸੀਂ ਸ਼ਰਾਬ ਨਹੀਂ ਨਾ ਬੋਲਿਓ, ਫਿਰ ਕੀ ਕਹਾਂ ਵੀ ਇੱਥੇ ਪੀਆ ਕਰੋ। ਜੋ ਗੁਰਬਾਣੀ 'ਚ ਲਿਖਿਆ ਹੈ ਦੁਰਮਤ ਮੱਧ ਜੋ ਪੀਵਤੇ ਬਖਲੀਪਤ ਕਮਲੀ, ਜਿਹੜੇ ਸ਼ਰਾਬ ਪੀਂਦੇ ਨੇ ਜ਼ਹਿਰੀਲੇ ਨੇ, ਕਮਲੇ ਨੇ, ਐਸਾ ਮੱਧ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ ਜਿਤ ਪੀਤੇ ਮੱਤ ਦੂਰ ਹੋਏ, ਬਰਲ ਪਵੇ ਵਿੱਚ ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਜਿਤ ਪੀਤੇ ਖਸਮ ਵਿਸਰੇ ਤੇ ਦਰਗੇ ਮਿਲੇ, ਲਿਖਿਆ ਗੁਰਬਾਣੀ ਦੇ ਵਿੱਚ। ਇਹਦਾ ਪ੍ਰਚਾਰ ਨਾ ਕਰਾਂ ਮੈਂ? ਚਲੋ ਮੇਰੇ ਤੇ ਰਹਿਮਤ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦੀ, ਇਸ ਪਿਤਾ ਜੀ ਦੀ, ਆਪਾਂ ਨੂੰ ਤੇ ਕਿਸੇ ਦਾ ਖੌਫ ਨਹੀਂ। ਜੋ ਸੱਚ ਹੈ ਸੱਚ ਕੀ ਬਾਣੀ, ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਜੇ ਮੈਂ ਸੱਚ ਦਾ ਦਾਰੂ ਨਹੀਂ ਦਊਂਗਾ ਸੰਸਾਰ ਨੂੰ, ਲੋਕ ਬਿਮਾਰ ਹੋ ਜਾਣਗੇ। ਸੱਚ ਸੁਣਨ ਦੀ ਆਦਤ ਪਾਓ। ਗਰੀਬ ਨਿਵਾਜ ਨੇ ਕਿਹਾ ਜਿਹਨਾਂ ਗੁਰਬਾਣੀ ਦੀ ਵਿਚਾਰ ਕੀਤੀ ਤਿਨਕੇ ਮੁੱਖ ਸਦ ਉਜਲੇ ਤੇ ਸੱਚੇ ਦਰਬਾਰ। ਬਾਣੀ ਪੜ੍ਹੋ, ਬਾਣੀ ਨੂੰ ਵਿਚਾਰੋ, ਬਾਣੀ ਨੂੰ ਵਿਚਾਰ ਕੇ ਆਪਣੇ ਬੱਚਿਆਂ ਨੂੰ ਸਮਝਾਓ, ਆਪ ਸਮਝੋ, ਫਿਰ ਲੋਕ ਸੁਖੀਏ ਤੇ ਪਰਲੋਕ ਸਹਿਲੇ ਹੋਣਗੇ। ਨਾਨਕ ਹਰ ਪ੍ਰਭ ਆਪੇ ਮੇਲੇ। ਸੱਤਾਂ ਦਿਨਾਂ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਅਵਗਿਆ। ਗਰੀਬ ਨਿਵਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਵੀ ਬਖਸ਼ਣ, ਆਪ ਜੀ ਸੰਗਤ ਵੀ ਰੱਬ ਰੂਪ ਤੁਸੀਂ ਵੀ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।